ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ ਇੱਕ ਅਸੀਂ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਵਿੱਚ ਕਿ ਭਗਵਦ ਗੀਤਾ ਵਿੱਚ ਕੀ ਸਾਨੂੰ ਸੰਦੇਸ਼ ਮਿਲਦਾ ਹੈ ਉਸ ਨੂੰ ਮੁੱਖ ਰੱਖ ਕੇ ਆਚਾਰਿਆ ਅਮਨ ਜੀ ਸਾਂਝ ਪਾਇਆ ਕਰਦੇ ਨੇ ਸੋ ਆਓ ਤੁਹਾਨੂੰ ਵੀ ਸ਼ਾਮਿਲ ਕਰਦੇ ਹਾਂ ਅਤੇ ਜਾਣਕਾਰੀ ਲੈਂਦੇ ਹਾਂ ਆਚਾਰਿਆ ਅਮਨ ਤੋਂ ਜੀ ਹਾਂ ਜੀ ਵੈਲਕਮ ਟੂ ਦਾ ਪ੍ਰੋਗਰਾਮ ਨਮਸਕਾਰ ਜੀ ਸੋ ਭਗਵਦ ਗੀਤਾ ਦਾ ਮੁੱਖ ਮਕਸਦ ਇਹ ਹੀ ਹੈ ਕਿ ਆਪਣੇ ਜੀਵਨ ਵਿੱਚ ਕਿਵੇਂ ਪਰਿਵਰਤਨ ਲਿਆਉਂਦਾ ਜਾਵੇ ਉਹ ਜੋ ਸੰਦੇਸ਼ ਹੈ ਉਸਦੀ ਅੱਜ ਕੀ ਰੈਲੇਵੈਂਸ ਹੈ ਉਸ ਨੂੰ ਮੁੱਖ ਰੱਖ ਕੇ ਅਸੀਂ ਗੱਲਬਾਤ ਕਰ ਰਹੇ ਹਾਂ ਸੋ 18 ਅਧਿਆਇ ਨੇ ਜਿਹਦੇ ਵਿੱਚ 18 ਚੈਪਟਰਸ ਹੈਗੇ ਨੇ ਸੋ ਪਹਿਲੇ ਚੈਪਟਰ ਜਿਹੜਾ ਹੈਗਾ ਜੀ ਉਹਦੇ ਵਿੱਚ ਕੀ ਭਗਵਾਨ ਕ੍ਰਿਸ਼ਨ ਜਿਹੜੇ ਨੇ ਉਹ ਕਹਿ ਰਹੇ ਨੇ ਅਰਜੁਨ ਨੂੰ ਉਸ ਬਾਰੇ ਦੱਸੋ ਜੀ ਸਾਨੂੰ ਹਾਂ ਅਤੇ ਉਹਦੇ ਵਿੱਚ ਐਕਚੁਅਲੀ ਪਹਿਲੇ ਚੈਪਟਰ 'ਚ ਭਗਵਾਨ ਕ੍ਰਿਸ਼ਨ ਨੇ ਬੋਲਣਾ ਹੀ ਨਹੀਂ ਸ਼ੁਰੂ ਕੀਤਾ ਓਕੇ ਨਾ ਐਕਚੁਅਲੀ ਕੀ ਹੈ ਕਿ ਉਹ ਸਿਚੁਏਸ਼ਨ ਹੈ ਨਾ ਉੱਥੇ ਨਾ ਉਹ ਦੋਨੇ ਸੈਨਾਵਾਂ ਖੜੀਆਂ ਨੇ ਠੀਕ ਨਾ ਤਾਂ ਜਦੋਂ ਦੋਨੇ ਸੈਨਾਵਾਂ ਖੜੀਆਂ ਨੇ ਇੱਕ ਪਾਸੇ ਸੈਨਾ ਦੇ ਵਿੱਚ ਜਿਹੜੇ ਕੌਰਵ ਵਾਲੀ ਸਾਈਡ 'ਤੇ ਜਿਹੜੇ ਭੀਸ਼ਮ ਨੇ ਆਪਣੇ ਜੀ ਭੀਸ਼ਮ ਪਿਤਾਮਾ ਉਹ ਇਹਨਾਂ ਦੇ ਕਮਾਂਡਰ ਇਨ ਚੀਫ ਨੇ ਔਰ ਦੂਸਰੇ ਪਾਸੇ ਪਾਂਡਵ ਵਾਲੀ ਸਾਈਡ 'ਤੇ ਉਹ ਨੇਗੇ ਦ੍ਰਿਸ਼ਟਦਿਯੁਮਨ ਓਕੇ ਤਾਂ ਹੁਣ ਇਹ ਵੀ ਥੋੜ੍ਹੀ ਸਿਚੁਏਸ਼ਨ ਸਮਝ ਲੈਣੀ ਜ਼ਰੂਰੀ ਹੈ ਕਿ ਐਕਚੁਅਲੀ ਉਹ ਕੀ ਸਥਿਤੀ ਹੈ ਔਰ ਕਿਉਂ ਕਮਾਂਡਰ ਉਹ ਬਣ ਰਹੇ ਨੇ ਇਹਨਾਂ ਦੋਨੇ ਕਿਉਂਕਿ ਆਮਣੇ ਸਾਹਮਣੇ ਉਹ ਖੜੇ ਆ ਲੜਾਈ ਬਸ ਸ਼ੁਰੂ ਹੋਣ ਵਾਲੀ ਹੈ ਨਾ ਇੱਧਰ ਭੀਸ਼ਮ ਜਿਹੜੇ ਸੀ ਇਹ ਜਿਹੜੇ ਸਾਰੀ ਇਸ ਫੈਮਿਲੀ ਦੇ ਵਿੱਚ ਸਭ ਤੋਂ ਵੱਡੀ ਉਮਰ ਦੇ ਹੋਈ ਨੇ ਨਾ ਔਰ ਉਹ ਅੱਛੇ ਮਤਲਬ ਯੰਗ ਦੇ ਵਿੱਚ ਜਾਂ ਯੁੱਧ ਕਰਨ ਦੀ ਕਲਾ 'ਚ ਅੱਛੇ ਪ੍ਰਵੀਨ ਨੇ ਇਸ ਕਰਕੇ ਉਹ ਕਮਾਂਡਰ ਇਨ ਚੀਫ ਬਣੇ ਨੇ ਇੱਧਰ ਉੱਧਰਲੇ ਪਾਸੇ ਕਮਾਂਡਰ ਇਨ ਚੀਫ ਇਹਨਾਂ ਪਾਂਡਵਾਂ 'ਚੋਂ ਕੋਈ ਨਹੀਂ ਹੈ ਉਹਦਾ ਨਾਮ ਹੈ ਦ੍ਰਿਸ਼ਟਦਿਯੁਮਨ ਜਿਹੜਾ ਕਿ ਆਮ ਨਾਮ ਉਹਦਾ ਆਉਂਦਾ ਨਹੀਂ ਨਾ ਕਿਤੇ ਮੈਂਸ਼ਨ ਨਹੀਂ ਹੁੰਦਾ ਨਾ ਕਿਸੇ ਨੂੰ ਨਹੀਂ ਜਾਣਕਾਰੀ ਵੀ ਹੁੰਦੀ ਤਾਂ ਉਹ ਐਕਚੁਅਲੀ ਦ੍ਰਿਸ਼ਟਦਿਯੁਮਨ ਕੌਣ ਸੀਗਾ ਉਹ ਸੀਗਾ ਜੋ ਪਾਂਡਵਾਂ ਦੀ ਮਿਸਿਸ ਸੀਗੀ ਪਤਨੀ ਸੀ ਉਹਨਾਂ ਨਾਮ ਸੀਗਾ ਦ੍ਰੌਪਦੀ ਐਕਚੁਅਲੀ ਉਹ ਉਹਨਾਂ ਦਾ ਬ੍ਰਦਰ ਸੀਗਾ ਹੈ ਨਾ ਦ੍ਰੁਪਦ ਦਾ ਬੇਟਾ ਸੀ ਠੀਕ ਹੈ ਹੋਇਆ ਕੀ ਸੀ ਕਿ ਜਿਹੜਾ ਦ੍ਰੁਪਦ ਸੀਗਾ ਉਹ ਕਿਉਂ ਉਹ ਬੇਟਾ ਹੋਇਆ ਉਹਦੇ ਉਹ ਕਿਸ ਤਰ੍ਹਾਂ ਉਹਨੂੰ ਮਿਲਿਆ ਸੀ ਉਹ ਬੇਟਾ ਨਾ ਕਿਉਂ ਉਹ ਕਮਾਂਡਰ ਇਨ ਚੀਫ ਬਣਿਆ ਹੋਇਆ ਕੀ ਸੀ ਕਿ ਜਿਹੜਾ ਦ੍ਰੁਪਦ ਸੀ ਰਾਜਾ ਉਹ ਦ੍ਰੋਣਾਚਾਰਿਆ ਜਿਹੜਾ ਸੀਗਾ ਜਿਹੜਾ ਕਿ ਕੌਰਵਾਂ ਪਾਂਡਵਾਂ ਦੇ ਗੁਰੂ ਸੀ ਨਾ ਠੀਕ ਹੈ ਦ੍ਰੋਣਾਚਾਰਿਆ ਉਹਨਾਂ ਨੇ ਸਿੱਖਿਆ ਦਿੱਤੀ ਸੀ ਨਾ ਉਹਨਾਂ ਦੇ ਮਤਲਬ ਕਲਾਸਮੇਟ ਸੀਗੇ ਮਤਲਬ ਬਚਪਨ 'ਚੋਂ ਇਕੱਠੇ ਪੜ੍ਹਦੇ ਸੀਗੇ ਅਤੇ ਜਿਹੜੇ ਦ੍ਰੋਣਾਚਾਰਿਆ ਸੀਗੇ ਇਹ ਫਾਈਨੈਂਸ਼ੀਅਲੀ ਵਾਲੇ ਅੱਛੇ ਨਹੀਂ ਸੀਗੇ ਗਰੀਬ ਸੀਗੇ ਔਰ ਜਿਹੜਾ ਦ੍ਰੁਪਦ ਸੀਗਾ ਉਹ ਇੱਕ ਰਾਜ ਸੀਗਾ ਰਾਜਾ ਸੀਗਾ ਰਾਜਕੁਮਾਰ ਸੀਗਾ ਜਦੋਂ ਇਕੱਠੇ ਪੜ੍ਹਦੇ ਸੀ ਗੁਰੂਕੁਲ 'ਚ ਤਾਂ ਉਹਨਾਂ ਨੇ ਕਿਤੇ ਦ੍ਰੁਪਦ ਨੇ ਉਹਨੂੰ ਕਹਿਤਾ ਮੈਂ ਉਹਦੇ ਨਾਲ ਪ੍ਰੋਮਿਸ ਕੀਤਾ ਅੱਛੇ ਫਰੈਂਡ ਸੀ ਕਿ ਮੈਂ ਜਦੋਂ ਰਾਜਾ ਬਣ ਹੀ ਜਾਣਾ ਅਤੇ ਤੂੰ ਮੈਂ ਤੈਨੂੰ ਅੱਧਾ ਰਾਜ ਆਪਣੇ ਆਪ ਦੇ ਦੂੰਗਾ ਕੋਈ ਤੂੰ ਫਿਕਰ ਨਾ ਕਰਨਾ ਟੈਨਸ਼ਨ ਨਾ ਲੈਣਾ ਮੈਂ ਤੈਨੂੰ ਪ੍ਰੋਮਿਸ ਕਰਦਾ ਅਤੇ ਉਹ ਬਾਅਦ 'ਚ ਉਹਦੀ ਪੜ੍ਹਾਈ ਪੂਰੀ ਹੋ ਗਈ ਉਹ ਅਲੱਗ ਅਲੱਗ ਚਲੇ ਗਏ ਦੋਨੇ ਠੀਕ ਹੈ ਜੀ ਅਤੇ ਉਹਨੇ ਉਹ ਮੰਗਣ ਨਹੀਂ ਗਿਆ ਨਾ ਰਾਜ ਉਸ ਤੋਂ ਹੈ ਨਾ ਅਤੇ ਲੇਕਿਨ ਹੌਲੀ ਹੌਲੀ ਜਦੋਂ ਦਾ ਮੈਰਿਜ ਹੋਈ ਦ੍ਰੋਣਾਚਾਰਿਆ ਦੀ ਬੱਚਾ ਹੋਇਆ ਪਰ ਉਹ ਗਰੀਬੀ ਸੀਗੀ ਨਾ ਕਿਉਂਕਿ ਉਹਨੂੰ ਉਹ ਗਿਆਨਵਾਨ ਜ਼ਰੂਰ ਸੀ ਪਰ ਪੈਸਾ ਕਮਾਉਂਦਾ ਨਹੀਂ ਪਤਾ ਨਾ ਤਾਂ ਉਹਨੇ ਸੋਚਿਆ ਕਿ ਹੁਣ ਕੀ ਕਰੀਏ ਤਾਂ ਉਹਦੀ ਪਤਨੀ ਨੇ ਫਿਰ ਹੌਲੀ ਹੌਲੀ ਉਸਨੂੰ ਇੰਸਪਾਇਰ ਕੀਤਾ ਉਹਨੇ ਵੀ ਸੋਚਿਆ ਨਾ ਕਿ ਮੈਂ ਕੀ ਕਰਾਂ ਆਖਿਰ ਮੈਂ ਜਾਵਾਂ ਫਿਰ ਉਹ ਚਲੇ ਜਾਂਦਾ ਨਾ ਦ੍ਰੁਪਦ ਕੋਲ ਅਤੇ ਉਹਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਪ੍ਰੋਮਿਸ ਕੀਤਾ ਸੀ ਮੈਂ ਦ੍ਰੋਣਾਚਾਰਿਆ ਵੀ ਪ੍ਰੋਮਿਸ ਕੀਤਾ ਸੀ ਤੂੰ ਮੇਰੇ ਨਾਲ ਉਹ ਕਹਿੰਦਾ ਵੀ ਉਹ ਤਾਂ ਬਚਪਨ ਦੀਆਂ ਗੱਲਾਂ ਸੀ ਨਾ ਐਕਚੁਅਲੀ ਹੋ ਜਾਂਦਾ ਕਈ ਵਾਰੀ ਮੈਂ ਤਾਂ ਰਾਜਾਂਗਾ ਵੀ ਉਹ ਤਾਂ ਹੋਇਆ ਹੋਣਾ ਪਰ ਹਾਂ ਫਿਰ ਵੀ ਤੂੰ ਆਇਆਂਗਾ ਤਾਂ ਜਿਵੇਂ ਹੁਣ ਮੇਰੇ ਉਸ ਦੇ ਉੱਤੇ ਤਾਂ ਆਉਂਦੇ ਹੀ ਆ ਰਾਜਪਾਟ 'ਚ ਮੈਂ ਦਾਨ ਵੀ ਕਰਦਾ ਤੂੰ ਮੈਂ ਤੈਨੂੰ ਐਜ਼ ਏ ਬ੍ਰਾਹਮਣ ਕਰਕੇ ਮੈਂ ਤੈਨੂੰ ਕੋਈ ਦਾਨ ਪੁੰਨ ਕੁਛ ਥੋੜ੍ਹਾ ਉਹ ਕਰ ਦਿੰਦਾ ਜੋ ਤੈਨੂੰ ਚਾਹੀਦਾ ਤੂੰ ਲੈ ਜਾ ਨਾ ਉਹ ਕਹਿੰਦਾ ਵੀ ਨਹੀਂ ਦਾਨ ਨਹੀਂ ਚਾਹੀਦਾ ਮੈਨੂੰ ਤੂੰ ਆਪਣਾ ਪ੍ਰੋਮਿਸ ਪੂਰਾ ਕਰਨਾ ਐਕਚੁਅਲੀ ਨਾ ਉੱਥੇ ਫਿਰ ਉਹਨਾਂ ਦੀ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ ਉਹ ਕਹਿੰਦੇ ਤੂੰ ਝੂਠ ਬੋਲ ਰਿਹਾ ਨਾ ਐਕਚੁਅਲੀ ਕਿ ਤੂੰ ਮੇਰੇ ਨਾਲ ਇਸ ਤਰ੍ਹਾਂ ਕੀਤਾ ਨਾ ਤਾਂ ਉਹ ਕਹਿੰਦਾ ਠੀਕ ਹੈ ਕਿ ਮੈਂ ਦਾਨ ਨਹੀਂ ਮੈਨੂੰ ਚਾਹੀਦਾ ਤੇਰਾ ਪਰ ਜੇ ਮੇਰੇ 'ਚ ਕੁਛ ਹੋਇਆ ਤਾਂ ਮੈਂ ਤੇਰਾ ਜਿਹੜਾ ਰਾਜ ਆ ਉਹ ਲੈ ਲਊਂਗਾ ਨਾ ਤਾਂ ਉਹ ਫਿਰ ਸੋਚਦਾ ਦ੍ਰੋਣਾਚਾਰਿਆ ਕਿ ਮੈਂ ਹੁਣ ਕੀ ਕਰ ਸਕਦਾ ਨਾ ਮਤਲਬ ਤਾਂ ਉਹ ਸੋਚਦਾ ਕਿ ਮੇਰੇ ਕੋਲ ਇੰਨੀ ਸ਼ਕਤੀ ਮੈਂ ਕਿਵੇਂ ਇਕੱਠੀ ਕਰੂੰਗਾ ਤਾਂ ਉਹ ਸੋਚਦਾ ਕਿ ਮੇਰੇ ਕੋਲ ਗਿਆਨ ਹੈ ਤਾਂ ਮੈਂ ਕਿਉਂ ਨਾ ਕਿਸੇ ਰਾਇਲ ਫੈਮਿਲੀ ਦੇ ਰਾਜਕੁਮਾਰਾਂ ਨੂੰ ਸਿਖਾਵਾਂ ਉਹਨਾਂ ਨੂੰ ਟ੍ਰੇਨ ਕਰਾਂ ਤਾਂ ਉਸ ਤਰ੍ਹਾਂ ਦਾ ਪਲਾਨ ਕਰਦੇ ਫਿਰ ਉਹ ਇਹਨਾਂ ਕੌਰਵਾਂ ਪਾਂਡਵਾਂ ਦੇ ਬੱਚਿਆਂ ਨੂੰ ਟ੍ਰੇਨ ਕਰਕੇ ਹੌਲੀ ਹੌਲੀ ਉਹਨਾਂ 'ਚ ਇੰਟਰ ਕਰ ਜਾਂਦੇ ਕਿਸੇ ਤਰੀਕੇ ਨਾਲ ਉੱਥੇ ਨੂੰ ਟ੍ਰੇਨ ਕਰਦੇ ਆ ਫਿਰ ਜਦੋਂ ਬੱਚੇ ਕਹਿੰਦੇ ਆ ਕਿ ਹੁਣ ਗੁਰੂ ਦਕਸ਼ਣਾ ਲਈ ਕੀ ਚਾਹੀਦਾ ਸਾਨੂੰ ਬਸ ਉੱਥੇ ਫਿਰ ਪੁਆਇੰਟ ਆ ਜਾਂਦਾ ਨਾ ਫਿਰ ਉਹਨਾਂ ਦੇ ਦਿਮਾਗ 'ਚੋਂ ਗੱਲ ਹੈ ਨਾ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਉਹ ਮੈਨੂੰ ਰਾਜ ਲਿਆ ਕੇ ਦਿਓ ਅੱਧਾ ਰਾਜ ਚਾਹੀਦਾ ਠੀਕ ਹੈ ਤਾਂ ਫਿਰ ਉਹ ਦ੍ਰੁਪਦ ਨੂੰ ਬੰਦੀ ਬਣਾ ਕੇ ਉਹਦਾ ਜਿਹੜਾ ਰਾਜ ਆ ਉਹ ਲੈ ਲੈਂਦੇ ਨੇ ਤਾਂ ਉਹਦੇ ਨਾਲ ਜਿਹੜਾ ਦ੍ਰੁਪਦ ਨੂੰ ਇਨਸਲਟ ਹੁੰਦੀ ਹੈ ਨਾ ਇਨਸਲਟ ਹੋ ਜਾਂਦੀ ਹੈ ਤਾਂ ਉਹ ਸੋਚਦਾ ਕਿ ਇਹ ਚੰਗਾ ਨਹੀਂ ਹੋਇਆ ਪੂਰੇ ਸੰਸਾਰ ਨੂੰ ਪਤਾ ਲੱਗਿਆ ਮੈਂ ਐਡਾ ਵੱਡਾ ਰਾਜਾ ਸੀ ਤਾਂ ਉਹ ਕਹਿੰਦਾ ਵੀ ਮੈਂ ਵੀ ਕੁਛ ਕਰਾਂ ਤਾਂ ਫਿਰ ਉਸਨੇ ਮਤਲਬ ਉਹਦੇ ਲਈ ਇੱਧਰ ਉੱਧਰ ਸਲਾਹਕਾਰਾਂ ਨੂੰ ਗੁਰੂਆਂ ਨੂੰ ਪੀਰਾਂ ਪੈਗੰਬਰਾਂ ਕੋਲ ਜਾਣਾ ਸ਼ੁਰੂ ਕੀਤਾ ਕਿ ਦੱਸੋ ਜੀ ਮੈਨੂੰ ਕੋਈ ਰਸਤਾ ਤਾਂ ਕਿਸੇ ਨੇ ਦੱਸਿਆ ਕਿ ਤੁਸੀਂ ਐਂ ਕਰੋ ਐਂ ਸਾਧਨਾ ਕਰੋ ਐਂ ਹਵਨ ਯੱਗਿਆ ਕਰੋ ਕਿ ਤੁਹਾਨੂੰ ਇੱਕ ਐਸਾ ਬੇਟਾ ਮਿਲ ਸਕਦਾ ਕਿ ਜਿਹੜਾ ਤੁਹਾਡੀ ਹੈਲਪ ਕਰੂਗਾ ਦ੍ਰੋਣਾਚਾਰਿਆ ਨੂੰ ਖਤਮ ਕਰੂਗਾ ਤਾਂ ਉਹ ਫਿਰ ਦ੍ਰਿਸ਼ਟਦਿਯੁਮਨ ਹੋਇਆ ਸੀ ਨਾ ਤਾਂ ਦ੍ਰੌਪਦੀ ਵੀ ਹੋਈ ਸੀ ਉਹ ਤੋਂ ਤਾਂ ਫਿਰ ਉਹ ਜਿਹੜਾ ਉਹ ਇੱਕ ਸ਼੍ਰੀ ਕ੍ਰਿਸ਼ਨ ਨੂੰ ਪਤਾ ਸੀਗਾ ਕਿ ਐਕਚੁਅਲੀ ਇਹ ਜਿਹੜੇ ਪਾਂਡਵ ਨੇ ਇਹ ਤਾਂ ਦ੍ਰੋਣਾਚਾਰਿਆ ਦੇ ਉੱਪਰ ਹੱਥ ਹੀ ਨਹੀਂ ਚੱਕਣਗੇ ਕਿਉਂਕਿ ਸਾਹਮਣੇ ਖੜੇ ਨੇ ਨਾ ਇਹ ਭੀਸ਼ਮ
ਨੂੰ ਕਿ ਇੱਧਰ ਆਪਣਾ ਇਹਨੂੰ ਬਣਾਓ ਕਿਉਂਕਿ ਇਹ ਕੋਈ ਮਰਸੀ ਨਹੀਂ ਕਰੂਗਾ ਇਸ ਲਈ ਜੰਗ ਦੇ ਵਿੱਚ ਕਿਉਂਕਿ ਇਹ ਆਪਣੇ ਰੂਲ ਦੱਸੂਗਾ ਕਿ ਆਪਾਂ ਇਸ ਤਰ੍ਹਾਂ ਲੜਨਾ ਹੈ ਤੁਸੀਂ ਇੱਧਰ ਜਾਓ ਔਰ ਤੁਸੀਂ ਉਹਦੇ ਅੰਡਰ ਜਦੋਂ ਆਰਡਰ 'ਚ ਕੰਮ ਕਰੋਗੇ ਉਹ ਕਮਾਂਡਰ ਇਨ ਚੀਫ ਹੈ ਤਾਂ ਨੈਚੁਰਲੀ ਹੈ ਕਿ ਯੂ ਆਰ ਡੂਇੰਗ ਯੂਅਰ ਡਿਊਟੀ ਤਾਂ ਉਸ ਤਰ੍ਹਾਂ ਫੀਲ ਹੋਏਗਾ ਔਰ ਹੋ ਸਕਦਾ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਏ ਤਾਂ ਦੋਨਾਂ ਪਾਸਿਆਂ ਤੋਂ ਯਾਨੀ ਕਿ ਇਸ ਤਰ੍ਹਾਂ ਦੀ ਸੈਨਾ ਔਰ ਕੌਰਵਾਂ ਦੀ ਸੈਨਾ ਜ਼ਿਆਦਾ ਵੱਡੀ ਹੈ ਪਾਂਡਵਾਂ ਦੀ ਸੈਨਾ ਥੋੜ੍ਹੀ ਘੱਟ ਹੈ ਲੇਕਿਨ ਉਹ ਸਾਹਮਣੇ ਖੜ੍ਹੇ ਹੋ ਜਾਂਦੇ ਨੇ ਔਰ ਬਿਲਕੁਲ ਔਰ ਜਿਹੜੀ ਇੱਧਰ ਸਥਿਤੀ ਹੈ ਅਤੇ ਉਹ ਜਦੋਂ ਦੁਰਯੋਧਨ ਦੇਖਦਾ ਉਸ ਨੂੰ ਉੱਧਰ ਸੈਨਾ ਨੂੰ ਤਾਂ ਉਹ ਹੁਣ ਦੇਖ ਰਿਹਾ ਵੀ ਹੁਣ ਕੀ ਬਣੂਗਾ ਕਿਉਂਕਿ ਸਾਰੀ ਕ੍ਰੀਏਟ ਜੋ ਸਮੱਸਿਆ ਕੀਤੀ ਵੀ ਹੈ ਦੁਰਯੋਧਨ ਦੀ ਹੋਈ ਹੈ ਨਾ ਤਾਂ ਉਹ ਹੁਣ ਕੌਨਫੀਡੈਂਸ ਕ੍ਰੀਏਟ ਕਰਨਾ ਚਾਹੁੰਦਾ ਆਪਣੇ ਅੰਦਰ ਕਿ ਦੇਖਦੇ ਹਾਂ ਹੁਣ ਕੀ ਬਣਨ ਜਾ ਰਿਹਾ ਵੀ ਆਪਾਂ ਜਿੱਤਾਂਗੇ ਉਸ ਚੀਜ਼ ਨੂੰ ਜਸਟੀਫਾਈ ਕਰਨਾ ਚਾਹੁੰਦਾ ਫਿਰ ਉਹ ਜਾਂਦਾ ਦਰੋਣਾਚਾਰਿਆ ਕੋਲ ਚਲਾ ਜਾਂਦਾ ਮਤਲਬ ਅਜੇ ਸੈਨਾ ਖੜੀ ਹੈ ਜਾ ਕੇ ਕਹਿਣਾ ਸ਼ੁਰੂ ਕਰਦਾ ਕਹਿੰਦਾ ਦੇਖੋ ਇੱਧਰਲੇ ਪਾਸੇ ਤਾਂ ਤੁਹਾਡੇ ਵਰਗੇ ਮਹਾਰਥੀ ਨੇ ਜਿਹੜੇ ਗੁਰੂ ਭੀਸ਼ਮ ਪਿਤਾਮਾ ਨੇ ਉਹਨਾਂ ਦੀ ਤਾਂ ਕੋਈ ਐਡੀ ਤਾਕਤ ਲੱਗਦੀ ਨਹੀਂ ਮੈਨੂੰ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਉਹ ਜਿੱਤ ਜਾਣਗੇ ਜਿੱਤ ਸਕਦੇ ਸੋਨੂੰ ਕੀ ਲੱਗਦਾ ਮਤਲਬ ਉਹਨਾਂ ਦੇ ਵਿਚਾਰ ਜਾਣਨਾ ਚਾਹੁੰਦਾ ਨਾ ਮਤਲਬ ਉਹਨਾਂ ਦੇ ਨੇੜੇ ਪਹੁੰਚ ਕੇ ਗੱਲਾਂ ਕਰਦਾ ਨਾ ਔਰ ਉਸ ਟਾਈਮ ਜਿਹੜੇ ਆਪਣੇ ਫਿਰ ਭੀਸ਼ਮ ਨੇ ਉੱਥੇ ਉਹ ਫਿਰ ਸੰਖ ਵਜਾ ਦਿੰਦੇ ਆ ਨਾ ਕਿ ਮਤਲਬ ਵੀ ਲੜਾਈ ਲਈ ਇਹਦਾ ਮਤਲਬ ਨਗਾਰੇ ਵੱਜਣ ਲੱਗ ਜਾਂਦੇ ਆ ਕਿ ਉਹਦਾ ਟਾਈਮ ਆ ਗਿਆ ਹੁਣ ਨਾ ਅਤੇ ਫਿਰ ਕੀ ਹੁੰਦਾ ਕਿ ਜਦੋਂ ਨਗਾਰੇ ਵੱਜ ਜਾਂਦੇ ਨੇ ਅਤੇ ਉਹਦਾ ਜਿਹੜਾ ਅਰਜੁਨ ਹੈਗਾ ਉਹ ਹਜੇ ਵੀ ਉਹਦਾ ਮਾਇੰਡ ਤਿਆਰ ਨਹੀਂ ਹੋਇਆ ਨਾ ਪੂਰਾ ਤਾਂ ਉਹ ਕੀ ਕਹਿੰਦਾ ਕਿ ਮੈਨੂੰ ਸ਼੍ਰੀ ਕ੍ਰਿਸ਼ਨ ਨੂੰ ਕਹਿੰਦਾ ਕਿ ਇਹ ਜੋ ਵੀ ਹੋਣ ਜਾ ਰਿਹਾ ਯੁੱਧ ਉਸ ਤੋਂ ਪਹਿਲਾਂ ਮੈਂ ਦੇਖਣਾ ਚਾਹੁੰਦਾ ਵੀ ਐਕਚੁਲੀ ਕਿਉਂਕਿ ਦੂਰ ਹੈ ਨਾ ਸੈਨਾ ਖੜੀ ਬਿਲਕੁਲ ਨੇੜੇ ਨਹੀਂ ਹੈ ਦੂਰ ਖੜੀ ਹੈ ਕਾਫੀ ਇੱਕ ਦੂਸਰੇ ਤੋਂ ਕਹਿੰਦਾ ਮੈਨੂੰ ਥੋੜ੍ਹਾ ਜਿਹਾ ਨੇੜੇ ਲੈ ਚੱਲ ਐਕਚੁਲੀ ਇਕੱਲੇ ਨੂੰ ਨਾ ਤਾਂ ਬਾਕੀ ਸੈਨਾ ਪਿੱਛੇ ਖੜ ਜਾਂਦੀ ਹੈ ਤਾਂ ਉਹ ਕਹਿੰਦਾ ਮੈਨੂੰ ਲੈ ਚੱਲ ਮੈਂ ਇੱਕ ਵਾਰੀ ਦੇਖਤਾ ਲਵਾਂ ਫਿਰ ਉਹ ਉੱਧਰ ਨੂੰ ਜਿਹੜੇ ਸ਼੍ਰੀ ਕ੍ਰਿਸ਼ਨ ਉਹਨੂੰ ਲੈ ਜਾਂਦੇ ਆ ਨਾ ਉਹ ਜਦੋਂ ਨੇੜੇ ਜਾ ਵੜਦੇ ਆ ਉਹ ਨੇੜੇ ਧਿਆਨ ਨਾਲ ਦੇਖਦੇ ਆ ਨਾ ਸਾਰਿਆਂ ਫਿਰ ਉਹ ਸਾਰੇ ਖੁਦ ਦੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਦੇਖਦੇ ਆ ਵੀ ਵਿੱਚ ਹੀ ਮੇਰੇ ਗੁਰੂ ਜੀ ਨੇ ਭੀਸ਼ਮ ਪਿਤਾਮਾ ਸਾਰੇ ਰਿਸ਼ਤੇਦਾਰ ਨੇ ਤਾਂ ਮੈਂ ਇਹ ਕੀ ਕਰਨ ਲੱਗਿਆ ਜੀ ਤਾਂ ਬਸ ਉੱਥੇ ਫਿਰ ਜਿਹੜਾ ਕਿ ਉਹ ਬਹੁਤ ਹੀ ਸੈਂਸਿਟਿਵ ਹੋ ਜਾਂਦਾ ਬਹੁਤ ਹੀ ਇਮੋਸ਼ਨਲ ਡਿਪਰੈਸਡ ਹੋ ਜਾਂਦਾ ਨਾ ਔਰ ਇਸ ਕਰਕੇ ਜਿਹੜੇ ਪਹਿਲੇ ਚੈਪਟਰ ਦਾ ਨਾਮ ਹੀ ਅਰਜੁਨ ਵਿਸ਼ਾਦ ਯੋਗ ਹੈ ਨਾ ਓਕੇ ਤਾਂ ਡਿਪਰੈਸਡ ਹੋ ਜਾਂਦਾ ਤਾਂ ਇੱਥੇ ਇੱਕ ਹੋਰ ਮੈਸੇਜ ਇਹ ਮਿਲਦਾ ਹੈਗਾ ਹਰਪ੍ਰੀਤ ਜੀ ਕਿ ਜਿਹੜਾ ਹਰ ਬੰਦਾ ਜਦੋਂ ਡਿਪਰੈਸ਼ਨ 'ਚ ਆਊਗਾ ਤਾਂ ਸਮਝ ਲੈਣਾ ਕਿ ਉਹਦੇ ਅਧਿਆਤਮ ਦਾ ਜਿਹੜੀ ਉਹ ਵਿੰਡੋ ਆ ਹੁਣ ਖੁੱਲ੍ਹ ਸਕਦੀ ਕਿਉਂਕਿ ਉੱਥੋਂ ਹੀ ਬੰਦੇ ਦੀ ਜਿਹੜੀ ਅੰਡਰਸਟੈਂਡਿੰਗ ਉਹ ਡੀਪ ਹੁੰਦੀ ਹੈ ਨਾ ਤਾਂ ਜਿਹੜਾ ਉਹਦਾ ਮੋਹ ਮਾਇਆ ਗੀ ਉਹ ਕੱਟਦੀ ਹੈ ਆਪਣੇ ਆਪ ਹੀ ਕੱਟਣ ਲੱਗ ਗਿਆ ਜਿਸ ਤਰ੍ਹਾਂ ਕਿ ਅਰਜੁਨ ਦਾ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਕਿ ਮੈਂ ਸਾਰੀ ਜ਼ਿੰਦਗੀ ਮਤਲਬ ਮੈਂ ਜੰਗ ਕੀਤੀ ਜਾਂ ਮੈਂ ਹਥਿਆਰਾਂ ਨੂੰ ਚਲਾਉਣਾ ਸਿੱਖਿਆ ਪਰ ਅੱਜ ਐਸੀ ਹਾਲਾਤ ਹੋ ਗਏ ਕਿ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਦੁਸ਼ਮਣ ਕੌਣ ਹੈ ਔਰ ਦੋਸਤ ਕੌਣ ਹੈ ਰਿਸ਼ਤੇਦਾਰ ਕੌਣ ਹੈ ਔਰ ਮੈਂ ਤਾਂ ਸੋਚਦਾ ਸੀ ਕਿ ਮੈਂ ਇੰਨਾ ਗਿਆਨ ਪ੍ਰਾਪਤ ਕਰੂੰ ਔਰ ਮੈਂ ਇੰਨੇ ਅੱਛੇ ਤੀਰ ਚਲਾਊਂਗਾ ਕਿ ਮੇਰੇ ਅੱਗੇ ਕੋਈ ਵੀ ਨਹੀਂ ਖੜ ਸਕੂ ਉੱਪਰ ਜਿਹੜੇ ਲੋਕ ਅੱਜ ਖੜੇ ਆ ਮੇਰੇ ਅੱਗੇ ਉਹ ਕੌਣ ਨੇ ਉਹ ਤਾਂ ਆਪਣੇ ਹੀ ਨੇ ਫਿਰ ਇਹ ਜਿਹੜੇ ਮੇਰੇ ਧਨੁਸ਼ਬਾਣ ਹੈ ਇਹ ਇਹਨਾਂ ਦਾ ਕੀ ਪਰਪਸ ਸੀ ਮੈਂ ਕਿਉਂ ਇਹਨਾਂ ਦੀ ਟ੍ਰੇਨਿੰਗ ਲੈਂਦਾ ਰਿਹਾ ਜੀਵਨ ਕਿੱਧਰ ਨੂੰ ਜਾ ਰਿਹਾ ਇਨਸਾਨ ਹੈ ਕੀ ਹੈ ਵੀ ਉਹ ਕਿਹੋ ਜਿਹੇ ਹਾਲਾਤਾਂ ਜਾ ਕੇ ਖੜਾ ਹੋ ਜਾਂਦਾ ਕਿ ਉਸ ਨੂੰ ਡਿਸੀਜਨ ਕਿਸ ਤਰ੍ਹਾਂ ਦੇ ਲੈਣੇ ਪੈ ਰਹੇ ਹਨ ਤਾਂ ਉਹ ਫਿਰ ਉਹ ਕਹਿੰਦਾ ਕਿ ਅੱਜ ਉਹ ਕਹਿ ਰਿਹਾ ਸ਼੍ਰੀ ਕ੍ਰਿਸ਼ਨ ਨੂੰ ਕਿ ਜਿਹੜਾ ਮੇਰਾ ਗੰਡੀਪ ਧਨੁਸ਼ ਹੈ ਉਹਦਾ ਨਾਮ ਸੀਗਾ ਗੰਡੀਪ ਧਨੁਸ਼ ਉਹਨੂੰ ਆਪਣੇ ਧਨੁਸ਼ 'ਤੇ ਬੜਾ ਮਾਣ ਸੀ ਨਾ ਮਤਲਬ ਅਤੇ ਉਹ ਫਿਰ ਕਹਿੰਦਾ ਕਿ ਇਹ ਮੇਰੇ ਹੱਥੋਂ ਹੁਣ ਹੱਥ 'ਚ ਵੀ ਨਹੀਂ ਫੜਿਆ ਜਾ ਰਿਹਾ ਤਾਂ ਮਤਲਬ ਮੇਰੇ ਹੱਥੋਂ ਨਿਕਲ ਰਿਹਾ ਨਾ ਤਾਂ ਕਹਿੰਦਾ ਮੇਰੇ ਪਸੀਨਾ ਮੈਨੂੰ ਆ ਰਿਹਾ ਨਾ ਮਤਲਬ ਹੌਲੀ ਕਹਿੰਦਾ ਮੇਰੀ ਜਿਹੜੀ ਮੈਂ ਖੜਾ ਵੀ ਨਹੀਂ ਰਹਿ ਸਕਦਾ ਕਹਿੰਦਾ ਮੇਰੀ ਐਸੀ ਹਾਲਤ ਹੋ ਗਈ ਕਿਉਂਕਿ ਇਮੋਸ਼ਨਲ ਹੋ ਗਿਆ ਕਿ ਮਤਲਬ ਆਪਣੇ ਲੋਕਾਂ ਦੇ ਉੱਤੇ ਤੀਰ ਚਲਾਉਣਾ ਆਪਣੇ ਲੋਕਾਂ ਨੂੰ ਮਾਰਨਾ ਅਤੇ ਜ਼ਿੰਦਗੀ ਦਾ ਕੀ ਮਕਸਦ ਰਹਿ ਗਿਆ ਨਾ ਤਾਂ ਉਹ ਆਪਣੇ ਹਥਿਆਰ ਸਾਰੇ ਰੱਖ ਦਿੰਦਾ ਔਰ ਜਾ ਕੇ ਜਿਵੇਂ ਕਹਿੰਦੇ ਹੁੰਦੇ ਰੱਥ ਦੇ ਪਿਛਲੇ ਹਿੱਸੇ ਜਾ ਕੇ ਬੈਠ ਜਾਂਦਾ ਜਿੱਥੇ ਕਿ ਮਤਲਬ ਹੁਣ ਮੈਨੂੰ ਕੋਈ ਮਤਲਬ ਨਹੀਂ ਕਹਿੰਦਾ ਮੈਂ ਮਤਲਬ ਡਿਪਰੈਸ ਹੋਇਆ ਕੋਈ ਰਸਤਾ ਨਹੀਂ ਨਜ਼ਰ ਆ ਰਿਹਾ ਹੈਗਾ ਕਿ ਬਈ ਫਰਦਰ ਮੈਂ ਕੀ ਕਰਨਾ ਹੈ ਹਾਂ ਫਰਦਰ ਮੈਂ ਕੀ ਕਰਨਾ ਤਾਂ ਫਿਰ ਉੱਥੇ ਜਾ ਕੇ ਮਤਲਬ ਜਿਹੜਾ ਹੈਗਾ ਸ਼੍ਰੀ ਕ੍ਰਿਸ਼ਨ ਮਤਲਬ ਉੱਥੋਂ ਫਿਰ ਹੌਲੀ ਹੌਲੀ ਉਹਦੇ 'ਤੇ ਉਹਨੂੰ ਦੇਖਦੇ ਆ ਨਾ ਔਰ ਉਹਦੇ ਵਿੱਚ ਹੋਰ ਕਈ ਗੱਲਾਂ ਇਹੋ ਜਿਹੀਆਂ ਬੋਲਦਾ ਕਹਿੰਦਾ ਵੀ ਸ਼੍ਰੀ ਕ੍ਰਿਸ਼ਨ ਨੂੰ ਕਹਿ ਰਿਹਾ ਕਿ ਜਿਹੜਾ ਇਹ ਲੋਕ ਆਪਣੇ ਸਾਹਮਣੇ ਖੜ੍ਹੇ ਨੇ ਮਤਲਬ ਨਾ ਅਤੇ ਇਹ ਕਹਿੰਦਾ ਇਹ ਇਹ ਮਰਨ ਲਈ ਖੜ੍ਹੇ ਨੇ ਆਪਣੇ ਤਿਆਰ ਅਤੇ ਜੇ ਆਪਾਂ ਲੜ ਪੈਂਦੇ ਹਾਂ ਤਾਂ ਹੋਊਗਾ ਕੀ ਕਿ ਸਾਰੇ ਲੋਕ ਮਾਰੇ ਜਾਣਗੇ ਠੀਕ ਉੱਧਰ ਵੀ ਆਪਣੇ ਹੀ ਆ ਇੱਧਰ ਵੀ ਆਪਣੇ ਹੀ ਆ ਕੋਈ ਅਲੱਗ ਤਾਂ ਹੈ ਨਹੀਂ ਗਾ ਸਾਰੇ ਰਿਸ਼ਤੇਦਾਰ ਨੇ ਠੀਕ ਹੈ ਤਾਂ ਜੇ ਮੰਨ ਲਓ ਮਰ ਜਾਂਦੇ ਆ ਸਾਰੇ ਪੁਰਸ਼ ਜਦੋਂ ਮਰ ਜਾਣਗੇ ਤਾਂ ਪਿੱਛੇ ਇਸਤਰੀਆਂ ਬਚਣਗੀਆਂ ਨੈਚੁਰਲੀ ਹੈ ਤਾਂ ਜਿਹੜਾ ਹੁਣ ਅਗਲੀ ਜਨਰੇਸ਼ਨ ਹੋਊਗੀ ਜਦੋਂ ਪੁਰਸ਼ ਤਾਂ ਹੈ ਨਹੀਂ ਜਿਹੜਾ ਕਿ ਕਈ ਵਾਰੀ ਇਸ ਧਰਤੀ 'ਤੇ ਹੋ ਚੁੱਕਿਆ ਕਿ ਹੁੰਦਾ ਕੀ ਹੈ ਕਿ ਜਿਵੇਂ ਕਈ ਵਾਰੀ ਜੰਗ ਲੱਗਦੀ ਹੈ ਜਿਵੇਂ ਫਸਟ ਵਰਲਡ ਵਾਰ ਸੈਕਿੰਡ ਵਰਲਡ ਵਾਰ ਬਹੁਤ ਲੋਕ ਜਿਹੜੇ ਪੁਰਸ਼ ਆ ਉਹ ਚਲੇ ਜਾਂਦੇ ਅਤੇ ਇਸਤਰੀਆਂ ਜ਼ਿਆਦਾ ਹੋ ਜਾਂਦੀਆਂ ਧਰਤੀ 'ਤੇ ਨਾ ਤਾਂ ਉਸ ਟਾਈਮ ਵੀ ਉਸ ਸਿਚੁਏਸ਼ਨ ਨੂੰ ਉਹ ਜਾਣਦਾ ਕਿ ਇਸ ਤਰ੍ਹਾਂ ਹੋ ਸਕਦਾ ਕਿਉਂਕਿ ਕਰੋੜਾਂ ਲੋਕ ਤਾਂ ਸਾਹਮਣੇ ਖੜਿਆ ਕੋਈ ਰਾਜਾ ਤਾਂ ਬਚੇ ਹੀ ਨਹੀਂ ਸਾਰੇ ਰਾਜੇ ਆਪਣੀਆਂ ਸੈਨਾ ਲੈ ਕੇ ਉਹਨਾਂ ਦੇ ਨਾਲ ਖੜੇ ਨੇ ਨਾ ਅਤੇ ਸਾਰੇ ਪੁਰਸ਼ ਮਰ ਜਾਣਗੇ ਲਗਭਗ ਤਾਂ ਜਿਹੜਾ ਆਉਣ ਵਾਲੇ ਟਾਈਮ 'ਚ ਕੀ ਬਣੂ ਜਿਹੜੀਆਂ ਆਪਣੀਆਂ ਇਸਤਰੀਆਂ ਜਾਂ ਉਹਨਾਂ
ਬਾਅਦ 'ਚ ਆਪਣੀ ਅਨਸੈਸਟਰ ਨੂੰ ਯਾਦ ਕਰਿਆ ਕਰਨਗੇ, ਆਪਾਂ ਨੂੰ ਆਪਣੇ ਬੱਚੇ, ਉਹ ਐਕਚੁਅਲੀ ਆਪਣੇ ਬੱਚੇ ਹੋਣਗੇ ਜਾਂ ਕਿਹਨਾਂ ਦੇ ਬੱਚੇ ਹੋਣਗੇ ਜੀ? ਠੀਕ ਹੈ ਨਾ, ਆਪਾਂ ਸੋਚਦੇ ਹਾਂ ਸਾਡੇ ਖਾਨਦਾਨ ਦੇ ਬੱਚੇ ਆ, ਠੀਕ ਹੈ ਨਾ, ਉਹ ਇਸ ਚੀਜ਼ ਨੂੰ ਮੰਨਦਾ ਸੀਗਾ ਜਿਹੜਾ ਅਰਜੁਨ ਸੀਗਾ, ਕਿ ਜਿਵੇਂ ਅੱਜ ਵੀ ਕਈ ਲੋਕ ਮੰਨਦੇ ਆ ਕਿ ਸਾਡੀ ਫੈਮਿਲੀ ਦਾ ਨਾਮ ਆ ਹੈ, ਠੀਕ ਹੈ ਨਾ, ਇਹ ਸਾਡੀ ਫੈਮਿਲੀ ਰੋਇਲ ਹੈ, ਸਾਡਾ ਨਾਮ ਚੱਲਦਾ, ਤਾਂ ਉਹ ਇਹ ਸੋਚ ਰਿਹਾ ਕਿ ਜਿਹੜਾ ਸਾਡੀ ਰੋਇਲ ਫੈਮਿਲੀ ਹੈ ਤਾਂ ਉਹਦਾ ਜਿਹੜਾ ਨਾਮ ਹੈ, ਜਦੋਂ ਉਹਨਾਂ ਦੀਆਂ ਇਸਤਰੀਆਂ ਦੇ ਵਿਆਹ ਕਿਤੇ ਹੋਰ ਉਹਨਾਂ ਨੂੰ ਕਿਸੇ ਨਾਲ ਰਹਿਣਾ ਪਿਆ, ਜਿਹੜੇ ਬੱਚੇ ਹੋਣਗੇ ਉਹਨਾਂ ਨੂੰ ਕੀ ਨਾਮ ਦਿਓਗੇ, ਉਹ ਕੀ ਹੋਣਗੇ ਨਾ, ਤਾਂ ਜਿਹੜੀ ਰੋਇਲ ਜਿਹੜੀ ਫੈਮਿਲੀ ਸੀ ਉਹ ਸਾਰਾ ਸਿਸਟਮ ਡਿਸਟਰਬ ਹੋ ਗਿਆ। ਅਤੇ ਜਦੋਂ ਉਹ ਆਪਣਾ ਨਾਮ ਵੀ ਲੈਣਗੇ ਬਾਅਦ ਦੇ ਵਿੱਚ, ਉਹ ਬੱਚੇ ਕਿ ਸਾਡੇ ਪੂਰਵਜ ਹੁੰਦੇ ਸੀ, ਤਾਂ ਸਾਨੂੰ ਆਤਮਾ ਨੂੰ ਮੇਰੇ ਨੂੰ ਕਿੱਥੇ ਸ਼ਾਂਤੀ ਮਿਲੂਗੀ, ਇਸ ਤਰ੍ਹਾਂ ਦਾ ਉਹਦਾ ਮੁੱਦਾ। ਰਾਈਟ, ਇਸ ਤੋਂ ਪਹਿਲਾਂ ਕਿ ਬ੍ਰੇਕ 'ਤੇ ਜਾਈਏ ਜੀ, ਕਿ ਜੇ ਇਹ ਪਹਿਲੇ ਅਧਿਆਏ 'ਚੋਂ ਕੋਈ ਮੈਸੇਜ ਲੈਣਾ ਹੋਏ ਅੱਜ ਦੇ ਸੰਬੰਧ ਵਿੱਚ, ਤਾਂ ਉਹ ਕੀ ਹੋਏਗਾ ਜੀ? ਉਹਦੇ ਵਿੱਚ ਇਹੀ ਹੈ ਸਭ ਤੋਂ ਵੱਡਾ ਮੈਸੇਜ, ਕਿ ਜਦੋਂ ਵੀ ਤੁਸੀਂ ਜੀਵਨ 'ਚ ਡਿਪਰੈਸ ਹੋ ਜਾਓ ਤਾਂ ਐਂ ਸਮਝ ਲੈਣਾ ਕਿ ਹੁਣ ਤੁਹਾਡੇ ਲਈ ਕੋਈ ਆਸ਼ਾ ਦੀ ਕਿਰਨ ਚਮਕ ਸਕਦੀ ਹੈ, ਕਿਉਂਕਿ ਤੁਹਾਡੀ ਅੰਡਰਸਟੈਂਡਿੰਗ ਹੈ ਉਹ ਬਹੁਤ ਜ਼ਿਆਦਾ ਹੋ ਗਈ ਜੀਵਨ ਬਾਰੇ, ਤਾਂ ਉੱਥੋਂ ਤੁਹਾਡੇ ਹੁਣ ਝਲਕ ਪੈ ਸਕਦੀ ਹੈ, ਕਿਉਂਕਿ ਤੁਹਾਡਾ ਜਿਹੜਾ ਮਾਇੰਡ ਹੈ ਉਹ ਇੱਕ ਪਲੇਟਫਾਰਮ ਦੀ ਤਰ੍ਹਾਂ, ਮਤਲਬ ਇੱਕ ਤਿਆਰ ਕਰ ਲਿਆ ਨਾ ਤੁਸੀਂ, ਮਤਲਬ ਨਾ ਉਹਦੇ ਉੱਤੇ ਹੀ ਨਾ ਹੁਣ ਉਹਦੇ ਉੱਤੇ ਜੋ ਮਰਜ਼ੀ ਤੁਸੀਂ ਵਿਛਾ ਲਓ, ਜਿਹਦੇ ਮਰਜ਼ੀ ਜੋ ਰੱਖ ਲਓ ਮਨ ਦੇ ਵਿੱਚ, ਇਹ ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਅਰਜੁਨ ਨੇ ਉੱਥੇ ਸਰੈਂਡਰ ਕਰਤਾ ਨਾ। ਐਬਸੋਲੂਟਲੀ, ਸਰੈਂਡਰ ਜਦੋਂ ਆਉਂਦਾ ਹੈ, ਬਸ ਸਮਝ ਲਓ ਕਿ ਤੁਸੀਂ ਵੀ ਜਦੋਂ ਬ੍ਰਾਹਮਣ ਨੂੰ ਸਰੈਂਡਰ ਕਰ ਦੋਗੇ ਔਰ ਇਹ ਕਹੋਗੇ ਪਰਮਾਤਮਾ ਕੀ ਰਸਤਾ ਦਿਖਾ, ਬਸ ਉਹ ਰਸਤਾ ਜ਼ਰੂਰ ਨਜ਼ਰ ਆਏਗਾ, ਉਦੋਂ ਲਾਈਟ ਆਏਗੀ। ਧੰਨਵਾਦ ਜੀ, ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਹੋਰ ਜੋ ਦੂਸਰੇ ਅਧਿਆਏ ਵਿੱਚ ਗੱਲਬਾਤ ਹੁੰਦੀ ਉਸ ਦੇ ਬਾਰੇ ਜਾਣਕਾਰੀ ਲੈਣੇ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਲਕਮ ਟੂ ਹੇਅਰ ਮੋਟਰਸ, ਮੈਂ ਸਾਰਿਆਂ ਨੂੰ ਸੱਦਾ ਦਿੰਦਾ ਵੀ ਤੁਸੀਂ ਇੱਕ ਵਾਰੀ ਆਣ ਕੇ ਸਾਡਾ ਨਵਾਂ ਸ਼ੋਰੂਮ ਦੇਖੋ, ਸਾਡੇ ਸ਼ੋਰੂਮ ਅਰਗਾ ਸ਼ੋਰੂਮ, ਇੱਥੇ ਇੰਡਸਟਰੀ ਕੋ ਕਿਸੇ ਕੋ ਹੈ ਨਹੀਂ ਗਾ, ਇਹ ਇੰਨਾ ਵਧੀਆ ਸ਼ੋਰੂਮ ਆ ਕਿ ਦੇਖਣ ਵਾਲਾ ਆ। ਤੁਸੀਂ ਆਣ ਕੇ ਸਾਡੇ ਨਾਲ ਜੇ ਕੋਈ ਫਾਈਨਾਂਸ ਦੀ ਸਲਾਹ ਲੈਣੀ ਆ ਜਾਂ ਫਾਈਨਾਂਸ ਕਰਨਾ, ਇੱਕ ਵਾਰੀ ਸਾਡੇ ਕੋਲ ਜ਼ਰੂਰ ਆਓ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਡੀ ਪੇਮੈਂਟ ਘੱਟ ਬਣਾ ਕੇ ਵਧੀਆ ਰੇਟ ਲੈ ਕੇ ਇੱਕ ਘੰਟੇ ਵਿੱਚ ਪ੍ਰੂਵ ਕਰਕੇ ਗੱਡੀ ਦੇ ਕੇ ਤੁਹਾਨੂੰ ਅਸੀਂ ਘਰ ਭੇਜਾਂਗੇ। ਸਵਾਗਤ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ। ਭਗਵਦ ਗੀਤਾ ਵਿੱਚ ਕੀ ਸਾਨੂੰ ਉਪਦੇਸ਼ ਮਿਲਦਾ ਹੈ ਉਸ ਨੂੰ ਮੁੱਖ ਰੱਖ ਕੇ ਤੁਹਾਡੇ ਨਾਲ ਸਾਂਝ ਪਾਈ ਜਾ ਰਹੀ ਹੈ, ਸੋ ਆਓ ਚੱਲਦੇ ਹਾਂ ਅਧਿਆਏ ਦੂਸਰੇ ਦੇ ਵਿੱਚ, ਉੱਥੇ ਕੀ ਕੁਝ ਹੁੰਦਾ ਹੈ ਜੀ ਆਚਾਰਿਆ ਜੀ। ਸੋ ਪਹਿਲੇ ਅਧਿਆਏ ਵਿੱਚ ਤਾਂ ਇੱਕ ਦੋਨੋਂ ਜਿਹੜੀਆਂ ਫੌਜਾਂ ਨੇ ਆਮਨੇ ਸਾਹਮਣੇ ਖਲੋਤੀਆਂ ਨੇ, ਅਤੇ ਅਰਜੁਨ ਜੋ ਹੈ ਉਹ ਡਿਪਰੈਸ ਹੋ ਕੇ ਪਿੱਛੇ ਜਾ ਕੇ ਬੈਠ ਜਾਂਦੇ ਨੇ ਰੱਥ ਦੇ ਕਿ ਮੈਂ ਹੁਣ ਕੀ ਕਰਾਂ। ਜਦੋਂ ਇਨਸਾਨ ਦੇ ਉੱਤੇ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਇਨਸਾਨ ਇਹੀ ਕਰਦਾ ਕਿ ਸਭ ਹੱਥਕੰਡੇ ਵਰਤ ਕੇ ਜਦੋਂ ਫੇਲ ਹੋ ਜਾਂਦਾ ਤਾਂ ਛੱਡ ਦਿੰਦਾ ਹੈ, ਪਰ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਉਸ ਸਮੇਂ ਹੀ ਇੱਕ ਕਿਰਨ ਦੀ ਆਸ਼ਾ ਜਿਹੜੀ ਉਹ ਤੁਹਾਨੂੰ ਮਿਲ ਸਕਦੀ ਹੈ ਜੇਕਰ ਤੁਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿਓ। ਸੋ ਇਹੀ ਅਰਜੁਨ ਨੇ ਹੁਣ ਕਰ ਦਿੱਤਾ ਹੈਗਾ, ਹੁਣ ਕੀ ਹੁੰਦਾ ਜੀ ਇਸ ਤੋਂ ਬਾਅਦ? ਕਿਉਂਕਿ ਫਿਰ ਪਰਮਾਤਮਾ ਜਿਵੇਂ ਕਹਿੰਦੇ ਨੇ ਤੁਸੀਂ ਜਿਵੇਂ ਹੁਣ ਰਿਸੈਪਟਿਵ ਹੋ ਗਏ ਨਾ, ਜੀ ਤਾਂ ਬਸ ਫਿਰ ਉਦੋਂ ਜਦੋਂ ਤੁਸੀਂ ਕਹਿਤਾ ਕਿ ਹੁਣ ਤੁਸੀਂ ਮੈਨੂੰ ਦੱਸੋ ਨਾ ਜਾਂ ਮੈਂ ਕੀ ਕਰਾਂ ਨਾ, ਮਤਲਬ ਉੱਥੇ ਸਟੇਜ ਆ ਗਈ ਨਾ, ਤਾਂ ਫਿਰ ਜਿਹੜੇ ਸ਼੍ਰੀ ਕ੍ਰਿਸ਼ਨ ਸਮਾਇਲ ਦਿੰਦੇ ਨਜ਼ਰ ਆਉਂਦੇ ਆ, ਤਾਂ ਫਿਰ ਉਹ ਕਹਿੰਦੇ ਕਿ ਅਰਜੁਨ ਤੂੰ ਇਹ ਕਿਹੜੇ ਟਾਈਮ 'ਤੇ ਕਿਹੜੀ ਗੱਲ ਚੱਕ ਲਈ ਨਾ, ਮਤਲਬ ਨਾ, ਤਾਂ ਇਹ ਤਾਂ ਟਾਈਮ ਹੀ ਨਹੀਂ ਕੋਈ ਗੱਲ ਕਰਨ ਦਾ ਨਾ ਇਸ ਤਰ੍ਹਾਂ ਦਾ ਨਾ। ਔਰ ਜਿਹੜੀਆਂ ਤੂੰ ਆਤਮਾਵਾਂ ਦੀ ਗੱਲ ਕਰਦਾ, ਆਤਮਾ ਤਾਂ ਮਰਦੀ ਵੀ ਨਹੀਂ, ਤੂੰ ਇਹ ਲੱਗਦਾ ਕਿ ਤੂੰ ਤੈਨੂੰ ਲੱਗਦਾ ਕਿ ਤੂੰ ਸਾਰਿਆਂ ਨੂੰ ਮਾਰ ਦੇਗਾ ਜਾਂ ਕੁਛ ਇਸ ਤਰ੍ਹਾਂ ਦਾ ਕੁਛ ਹੁੰਦਾ ਹੀ ਨਹੀਂ। ਪਰ ਅਰਜੁਨ ਫਿਰ ਉਹ ਗੱਲ ਉੱਠ ਕੇ ਕਹਿ ਰਿਹਾ, ਕਹਿੰਦਾ ਨਹੀਂ, ਕਹਿੰਦਾ ਮੈਂ ਕਹਿੰਦਾ ਸਾਰਿਆਂ ਨੂੰ ਲੜ ਸਕਦਾ, ਪਰ ਜਿਹੜੇ ਤੂੰ ਉੱਧਰ ਦੇਖੋ, ਕਹਿੰਦਾ ਦਰੋਣਾਚਾਰਿਆ, ਭੀਸ਼ਮ ਪਿਤਾਮਾ, ਕਹਿੰਦਾ ਇਹਨੂੰ ਕੀ ਕਰੂੰਗਾ ਮੈਂ, ਇਹਨਾਂ ਨੂੰ ਕਿਵੇਂ ਤੀਰ ਚਲਾਊਂਗਾ ਨਾ, ਮਤਲਬ ਨਾ, ਤਾਂ ਇਹ ਜਿਹੜੇ ਆ ਇਹ ਮਰ ਜਾਣਗੇ ਜੀ। ਤਾਂ ਫਿਰ ਉੱਥੋਂ ਫਿਰ ਆਤਮਾ ਦਾ ਜਿਹੜਾ ਗਿਆਨ ਹੈ ਉਹ ਸ਼ੁਰੂ ਹੋ ਜਾਂਦਾ, ਜਿਹੜੇ ਸ਼੍ਰੀ ਕ੍ਰਿਸ਼ਨ ਨੇ ਉਹ ਸੀਕ੍ਰੇਟ ਦੱਸਣਾ ਸ਼ੁਰੂ ਕਰ ਦਿੰਦੇ ਨੇ ਆਤਮਾ ਦੇ, ਕਿ ਜਿਹੜੀ ਆਤਮਾ ਹੈ ਅਰਜੁਨ ਉਹ ਕਦੇ ਨਹੀਂ ਮਰਦੀ ਨਾ। ਤਾਂ ਜਿਹੜੇ ਜਿਵੇਂ ਕਿ ਮਤਲਬ ਸਰੀਰ ਹੈ, ਜਿਵੇਂ ਆਪਾਂ ਪਹਿਲਾਂ ਬਚਪਨ ਆਉਂਦਾ, ਫਿਰ ਜਵਾਨੀ ਹੈ, ਫਿਰ ਬੁਢਾਪਾ, ਉਹ ਬਦਲਦੀ ਰਹਿੰਦੀ ਹੈ ਨਾ। ਤਾਂ ਇਹ ਜਿਹੜੇ ਨੇ, ਇਹ ਜਿਹੜੀ ਆਤਮਾ ਹੈਗੀ, ਇਹਦਾ ਕੁਛ ਵੀ ਪਰਮਾਨੈਂਟ ਨਹੀਂ ਜੋ ਤੂੰ ਦੇਖ ਰਿਹਾ ਨਾ। ਇਹ ਜਿਹੜੇ ਇਸ ਟਾਈਮ ਨੇ ਇਹ ਵਿਜੀਬਲ ਦਿਖ ਰਹੀਆਂ ਨੇ ਬੋਡੀਆਂ ਸਾਰੀਆਂ, ਇਸ ਤੋਂ ਪਹਿਲਾਂ ਇਹ ਪ੍ਰਗਟ ਨਹੀਂ ਸੀਗੀਆਂ, ਠੀਕ ਹੈ, ਇਨਵਿਜੀਬਲ ਸੀ। ਆਤਮਾ ਜਿਹੜੀ ਇਨਵਿਜੀਬਲ ਹੈ, ਉਹ ਫਿਰ ਵਿਚਾਲੇ ਪ੍ਰਗਟ ਹੁੰਦੀ ਹੈ, ਸਰੀਰ ਧਾਰਦੀ ਹੈ, ਫਿਰ ਉਹ ਪ੍ਰਗਟ ਹੋ ਜਾਂਦੀ ਹੈ। ਤਾਂ ਇਸ ਕਰਕੇ ਤੂੰ ਇਸ ਨੂੰ ਨਾ ਦੇਖ, ਇਹਨਾਂ ਬੋਡੀਆਂ ਨੂੰ ਨਾ, ਐਕਚੁਅਲੀ ਇਹ ਪਹਿਲਾਂ ਵੀ ਸੀਗੇ, ਹੁਣ ਵੀ ਹੈਗੇ ਆ, ਔਰ ਹਮੇਸ਼ਾ ਹੀ ਰਹਿਣ। ਇਸ ਕਰਕੇ ਜਿਹੜੇ ਸਮਝਦਾਰ ਲੋਕ ਨੇ, ਗਿਆਨੀ ਪੁਰਸ਼ ਨੇ, ਉਹ ਇਹ ਜਾਣਦੇ ਨੇ ਵੀ ਜਿਹੜਾ ਆਤਮਾ ਦਾ ਇਹ ਸਫ਼ਰ ਹੈ, ਔਰ ਆਤਮਾ ਨਾਸ਼ਵਾਨ ਨਹੀਂ ਹੈਗੀ। ਇਸ ਕਰਕੇ ਤੂੰ ਉਹ ਸੀਕ੍ਰੇਟ ਨੂੰ ਸਮਝ ਲੈਣਾ, ਕਿਉਂਕਿ ਨਾ ਤਾਂ ਉਹ ਤਲਵਾਰ ਕੱਟ ਸਕਦੀ ਆ, ਠੀਕ ਹੈ ਨਾ, ਨਾ ਇਹਨੂੰ ਅੱਗ ਜਲਾ ਸਕਦੀ ਹੈ, ਨਾ ਇਹਨੂੰ ਪਾਣੀ ਗਲਾ ਸਕਦਾ, ਨਾ ਇਹਨੂੰ ਹਵਾ ਸੁਕਾ ਸਕਦੀ ਹੈ। ਫਿਰ ਉਹ ਇਸ ਤਰ੍ਹਾਂ ਹੋਰ ਉਹਨੂੰ ਡੀਪ ਦੱਸਣਾ ਸ਼ੁਰੂ ਕਰਦੇ ਕਿ ਤੂੰ ਇਸ ਆਤਮਾ ਨੂੰ ਸਮਝ ਲਾ। ਇਹ ਇੱਕ ਬਹੁਤ ਵੱਡੀ ਮਿਸਟਰੀ ਮੈਂ ਤੈਨੂੰ ਦੱਸਣ ਜਾ ਰਿਹਾ, ਇਹ ਇੱਕ ਮਰੈਕਲੀ ਹੈ ਨਾ ਇਸ ਤਰ੍ਹਾਂ ਦਾ ਨਾ। ਔਰ ਜਿਹੜੀ ਇਹ ਮੌਤ ਆਉਂਦੀ ਹੈ, ਇਹ ਸਰੀਰ ਤੱਕ ਸੀਮਤ ਹੈ ਜੀ, ਨਾ ਸਰੀਰ ਤੱਕ ਸੀਮਤ ਹੈ ਨਾ, ਉਸ ਤੋਂ ਬਾਅਦ ਮੌਤ ਨਹੀਂ ਹੈਗੀ ਨਾ।
ਤਾਂ ਫਿਰ ਜਿਹੜੇ ਦੁਬਾਰਾ ਆਉਂਦੇ ਨੇ ਤਾਂ ਤੂੰ ਸਿਰਫ ਆਪਣੀ ਡਿਊਟੀ ਕਰਨੀ ਹੈ ਨਾ, ਜਿਵੇਂ ਕਿ ਹੁਣ ਹਰਪ੍ਰੀਤ ਜੀ ਇੱਕ ਹੁਣ ਇੱਕ ਮਤਲਬ ਰਿਸਰਚ ਹੋਈ ਹੈ, ਇੱਕ ਮੈਡੀਕਲ ਡਾਕਟਰ ਨੇ ਜਿਵੇਂ ਕਿ ਹੋਸਪਿਟਲਾਂ ਦੇ ਵਿੱਚ ਕਿ ਆਤਮਾ ਦੀ ਗੱਲ ਆਪਾਂ ਕਰਦੇ ਹਾਂ ਕਿ ਆਤਮਾ ਹੈਗੀ ਆ ਨਹੀਂ ਹੈਗੀ ਨਾ, ਕਿਉਂਕਿ ਕਈ ਪੜ੍ਹੇ ਲਿਖੇ ਲੋਕ ਸੋਚਦੇ ਆ ਕਿ ਆਤਮਾ ਹੈਗੀ ਆ ਜਾਂ ਨਹੀਂ ਹੈਗੀ ਨਾ, ਤਾਂ ਉਹ ਇੱਕ ਜਿਹੜੇ ਡਾਕਟਰ ਨੇ ਕੁਛ ਉਹ ਰਿਸਰਚ ਕਰ ਰਹੇ ਨੇ, ਜਿਵੇਂ ਕਿ ਕੋਈ ਹੋਸਪਿਟਲ ਹੈ ਉੱਥੇ ਅਕਸਰ ਨਾ ਲੋਕਾਂ ਦੀ ਮ੍ਰਿਤਿਊ ਹੁੰਦੀ ਹੈ, ਤੁਹਾਨੂੰ ਪਤਾ ਹੀ ਹੋਸਪਿਟਲ 'ਚ ਹੀ ਹੁੰਦੀ ਹੈ ਨਾ, ਤਾਂ ਉੱਥੇ ਜਿਹੜੇ ਵੱਡੇ ਵੱਡੇ ਹੋਸਪਿਟਲ ਉੱਥੇ ਅਕਸਰ ਰੋਜ਼ ਮ੍ਰਿਤਿਊ ਹੁੰਦੀ ਹੈ ਲੋਕਾਂ ਦੀ, ਤਾਂ ਉਹਨਾਂ ਦੇ ਲਾਸਟ ਟਾਈਮ ਜੋ ਉਹਨਾਂ ਦੇ ਐਕਸਪੀਰੀਅੰਸ ਹੁੰਦੇ ਆ, ਜੋ ਘਟਨਾਵਾਂ ਘਟਦੀਆਂ ਉੱਥੇ, ਕਿਉਂਕਿ ਉੱਥੇ ਹੀ ਹੈ ਸਰੀਰ ਤੋਂ ਬਾਅਦ ਆਤਮਾ ਦਾ ਸਟੈਪ ਨਾ ਉੱਥੇ ਹੀ ਹੋਣਾ ਨਾ ਉਹ ਸਾਰਾ, ਤਾਂ ਉਹ ਰਿਕਾਰਡਡ ਹੋ ਗਿਆ। ਕੁਛ ਡਾਕਟਰ ਨੇ ਬੁੱਕਸ ਲਿਖੀਆਂ ਨਾ ਉਹਦੇ ਉੱਪਰ ਕਿ ਉਹ ਕੀ ਘਟਨਾਵਾਂ ਉਹਨਾਂ ਨੇ ਦੇਖੀਆਂ ਜੋ ਉਹਨਾਂ ਦੇ ਪਰਸਨਲ ਐਕਸਪੀਰੀਅੰਸ ਸੀਗੇ ਪੇਸ਼ੈਂਟਸ ਦੇ ਨਾਲ, ਜਿਵੇਂ ਕਿ ਇੱਕ ਪੇਸ਼ੈਂਟ ਸੀ ਕਿ ਉਹ ਬਚਪਨ ਤੋਂ ਲੇਡੀ ਸੀਗੀ, ਕੋਈ ਬਲਾਇੰਡ ਸੀਗੀ ਬਚਪਨ ਤੋਂ ਨਾ, ਤਾਂ ਉਹਨਾਂ ਨੇ ਦੇਖਿਆ ਕਿ ਉਹ ਉਹਦਾ ਆਪਰੇਸ਼ਨ ਕਰ ਰਹੇ ਸੀਗੇ ਬਲਾਇੰਡ ਲੇਡੀ ਦਾ, ਉਹ ਡਾਕਟਰ ਦੀ ਬੁੱਕਸ ਨੇ ਨਾ, ਤਾਂ ਉਹ ਆਪਰੇਸ਼ਨ ਕਰ ਰਹੇ ਸੀਗੇ, ਤਾਂ ਕੀ ਹੋਇਆ ਕਿ ਉਹ ਉਹਨਾਂ ਦੀ ਐਕਸਪਾਇਰ ਹੋ ਜਾਂਦੇ ਆ, ਮਤਲਬ ਮਸ਼ੀਨਾਂ ਰੁਕ ਜਾਂਦੀਆਂ ਸਭ, ਉਹਨਾਂ ਨੂੰ ਕਰਕੇ ਹਾਰਟ ਦੀ ਧੜਕਣ ਸਭ ਕੁਛ ਸਭ ਬੰਦ ਹੋ ਗਿਆ। ਠੀਕ, ਉਹਨਾਂ ਨੇ ਆਪਣਾ ਜੋ ਵੀ ਸਾ ਉਹਨਾਂ ਦੇ ਇੰਸਟਰੂਮੈਂਟ ਸੀਗੇ ਆਪਰੇਸ਼ਨ ਕਰਨ ਵਾਲੇ, ਉਹਨਾਂ ਨੇ ਕਿਤੇ ਫਟਾਫਟ ਰੱਖੇ, ਔਰ ਡਾਕਟਰ ਦੂਸਰੇ ਉਸ 'ਚ ਚਲਿਆ ਗਿਆ ਰੂਮ 'ਚ ਕੋਈ ਹੋਰ ਆਪਰੇਸ਼ਨ ਲਈ ਜਾਂ ਕਿਸੇ ਕੰਮ। ਤਾਂ ਹੁਣ ਕੀ ਹੋਇਆ ਕਿ ਇੱਕ ਦੋ ਘੰਟੇ ਬਾਅਦ, ਦੋ ਚਾਰ ਘੰਟੇ ਬਾਅਦ ਉਹ ਲੇਡੀ ਫਿਰ ਮਤਲਬ ਉਹ ਹੋ ਗਈ, ਉੱਠ ਗਈ ਨਾ, ਤਾਂ ਫਿਰ ਉਹ ਜਦੋਂ ਜਾਣ ਆਈ, ਨਰਸ ਨੇ ਦੇਖਿਆ ਵੀ ਉਹ ਤਾਂ ਫਿਰ ਮੂਵਮੈਂਟ ਕਰਨ ਲੱਗ ਗਈ, ਉਹ 'ਚ ਤਾਂ ਫਿਰ ਜਾਣ ਆ ਗਈ, ਤਾਂ ਉਹਨਾਂ ਨੇ ਡਾਕਟਰ ਨੂੰ ਬੁਲਾਇਆ ਨਾ ਫਟਾਫਟ ਨਾ, ਤਾਂ ਉਹ ਜਿਹੜਾ ਡਾਕਟਰ ਆਇਆ ਉਹਨੇ ਦੇਖਿਆ ਕਿ ਹੁਣ ਆਪਰੇਸ਼ਨ, ਉਹ ਸਾਰਾ ਚੂਮੀ ਪਿਆ ਉਹਦੀ ਬੋਡੀ, ਚੀਰ ਫਾੜ ਕੀਤੀ ਪਈ ਆ, ਤਾਂ ਉਹਨੇ ਸੋਚਿਆ ਕਿ ਮੈਂ ਫਟਾਫਟ ਇਸ ਨੂੰ ਪਹਿਲਾਂ ਮੈਂ ਕਵਰ ਕਰਾਂ ਬੋਡੀ ਨੂੰ, ਤਾਂ ਉਹ ਆਪਣੇ ਇੰਸਟਰੂਮੈਂਟ ਲੱਭਣ ਲੱਗ ਗਏ ਵੀ ਫਟਾਫਟ ਕਿੱਥੇ ਰੱਖੇ ਸੀ, ਤਾਂ ਉਹ ਇੰਸਟਰੂਮੈਂਟ ਉਹਨੂੰ ਕਹਿ ਰਿਹਾ ਹੈਗਾ ਆਪਣੀ ਨਰਸ ਨੂੰ ਕਿ ਮੈਂ ਇੰਸਟਰੂਮੈਂਟ ਲੱਭ ਰਿਹਾ ਨਾ, ਮਤਲਬ ਐਕਚੁਅਲੀ ਕਿ ਮੈਂ ਇੱਥੇ ਰੱਖੇ ਸੀ, ਮੈਂ ਹੁਣੇ ਰੱਖ ਕੇ ਗਿਆ ਸੀ, ਕੋਈ ਰਹਿ ਗਿਆ ਕੋਈ ਇੰਸਟਰੂਮੈਂਟ ਜੀ, ਤਾਂ ਉਹ ਐਕਚੁਅਲੀ ਲੇਡੀ ਦੱਸਦੀ ਹੈ ਨਾ ਕਿ ਜਿਹੜਾ ਇੰਸਟਰੂਮੈਂਟ ਹੈ ਕਿ ਤੁਸੀਂ ਉਹ ਇੱਥੇ ਰੱਖਿਆ ਨਾ, ਉਹ ਤਾਂ ਉਹ ਸੋਚਦੇ ਕਿ ਇਹ ਤਾਂ ਅੰਨੀ ਹੈ, ਬਲਾਇੰਡ ਹੈ ਵੀ ਇਹਨੇ ਕਿਵੇਂ ਦੇਖਿਆ ਨਾ, ਤਾਂ ਫਿਰ ਉਹ ਲੇਡੀ ਦਾ ਜਿਹੜਾ ਐਕਸਪੀਰੀਅੰਸ ਆ ਉਹ ਕਹਿੰਦੀ ਕਿ ਜਦੋਂ ਮੈਂ ਮਤਲਬ ਤੁਸੀਂ ਮੈਨੂੰ ਸਮਝਿਆ ਸੀ ਕਿ ਮੈਂ ਮਰ ਚੁੱਕੀ ਹਾਂ, ਉਸ ਟਾਈਮ ਮੈਂ ਆਪਣੇ ਆਪ ਨੂੰ ਉੱਪਰ ਫੀਲ ਕਰ ਰਹੀ ਹਾਂ ਕਿ ਮੈਂ ਆਈ ਐਗਜ਼ਿਸਟ ਨਾ, ਕਿ ਮੈਂ ਸਾਰਾ ਕੁਛ ਮੈਨੂੰ ਸਮਝ ਆ ਰਿਹਾ ਕਿ ਜੋ ਵੀ ਇਸ ਰੂਮ 'ਚ ਚੱਲ ਰਿਹਾ, ਔਰ ਮੈਨੂੰ ਕੋਈ ਪੇਨ ਨਹੀਂ ਹੈਗੀ, ਵੈਸੇ ਮੇਰੇ ਬੋਡੀ 'ਚ ਪੇਨ ਹੈ ਮੈਨੂੰ ਪਤਾ ਹਮੇਸ਼ਾ, ਪਰ ਮੈਂ ਬਿਲਕੁਲ ਔਰ ਸਭ ਕੁਝ ਦੇਖ ਵੀ ਰਹੀ। ਹੁਣ ਤੁਸੀਂ ਦੇਖੋ ਕਿ ਆਤਮਾ ਮਤਲਬ ਕਿੱਧਰ ਨੂੰ ਜਾ ਰਹੀ, ਇਹ ਡਾਕਟਰਸ ਦੀਆਂ ਬੁੱਕਸ ਨੇ ਜੋ ਮੈਂ ਦੱਸ ਰਿਹਾ, ਤਾਂ ਉਹ ਵੀ ਉਹਨੇ ਉਸ ਨੂੰ ਦੇਖਿਆ, ਔਰ ਉਹਦੀ ਦੋ ਗੱਲਾਂ ਸਮਝ ਆ ਰਹੀਆਂ ਕਿ ਇੱਕ ਜਿਹੜੀ ਆਤਮਾ ਗੀ ਉਹ ਸਰੀਰ ਨਾਲ ਉਹਦਾ ਕੋਈ ਉਹ ਨਹੀਂ, ਉਹਨੇ ਸਰੀਰ ਤੋਂ ਬਾਹਰ ਜਾਣਾ ਨਾ, ਇਹ ਉਹਨਾਂ ਲੋਕਾਂ ਲਈ ਹੋਪ ਹੈ ਹਰਪ੍ਰੀਤ ਜੀ ਜਿਹੜੇ ਲੋਕਾਂ ਨੂੰ ਕੋਈ ਡਿਜ਼ੀਜ਼ ਹੁੰਦੀ ਹੈ ਨਾ, ਜਿਹੜੇ ਲੋਕ ਸੋਚਦੇ ਆ ਕਿ ਮੇਰਾ ਕੀ ਬਣੂਗਾ ਨਾ, ਕਿ ਮੈਂ ਪੂਜਾ ਪਾਠ ਵੀ ਕਰਦਾ ਜਾਂ ਪਰਮਾਤਮਾ ਨੂੰ ਮੰਨਦਾ, ਇਹ ਉਹਨਾਂ ਲਈ ਹੋਪ ਹੈ ਵੀ ਜਿਹਨਾਂ ਨੂੰ ਲੱਗਦਾ ਵੀ ਜਿਹੜਾ ਸਰੀਰ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੱਥੇ ਹੀ ਰਹਿਣੀਆਂ ਨੇ, ਜਿਹੜਾ ਸਰੀਰ ਹੈ ਜਿਹ 'ਚ ਕੋਈ ਬਿਮਾਰੀਆਂ ਵੀ ਹੈ ਜਾਂ ਕੋਈ ਕਮੀਆਂ ਵੀ ਹੈ, ਤਾਂ ਉਹ ਆਤਮਾ 'ਚ ਨਹੀਂ ਹੈਗੀਆਂ ਨਾ, ਰਾਈਟ ਹੈ ਨਾ, ਉਹੀ ਚੀਜ਼ ਉਹ ਸ਼੍ਰੀ ਕ੍ਰਿਸ਼ਨ ਜੋ ਦੱਸ ਰਹੇ ਨੇ ਵੀ ਇਹਨੂੰ ਕੋਈ ਕੱਟ ਨਹੀਂ ਸਕਦਾ, ਠੀਕ ਹੈ ਨਾ, ਇਹ ਤਾਂ ਮਤਲਬ ਉਸ 'ਚ ਵੀਕਨੈਸ ਤੋਂ ਪਰੇ ਹੈ। ਸੋ ਇਹ ਇਹ ਹੁਣ ਰਿਸੈਪਟਿਵਨੈਸ ਦੀ ਜ਼ਰੂਰਤ ਹੁੰਦੀ, ਕਿਉਂਕਿ ਅਗੇਨ ਜਦੋਂ ਬੰਦਾ ਬਿਲਕੁਲ ਡਿਪਰੈਸ ਹੁੰਦਾ ਉਹਦੇ ਵਿੱਚੋਂ ਹੀ ਇਹ ਇੱਕ ਤਾੜਨਾ ਹੋਣੀ ਚਾਹੀਦੀ ਹੈ ਕਿ ਮੈਂ ਕੁਛ ਆਪਣੇ ਆਪ ਨੂੰ ਉੱਚਾ ਚੁੱਕਣਾ ਚਾਹੁੰਦਾ। ਸੋ ਇਸ ਸਮੇਂ ਜਿਹੜੀ ਅਵਸਥਾ ਹੈਗੀ ਹੈ ਅਰਜੁਨ ਦੀ, ਉਹਦੇ ਵਿੱਚ ਕਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਜਿਹੜੇ ਹੈਗੇ ਨੇ ਉਹ ਉਹਨਾਂ ਦੇ ਵਿੱਚ ਇੱਕ ਜਾਗਰਤਾ ਲਿਆਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਨੇ, ਉੱਥੋਂ ਕੀ ਰਿਸਪੋਂਸ ਆ ਰਿਹਾ, ਕੀ ਉਹ ਰੈਡੀ ਹੋ ਰਹੇ ਨੇ ਸੁਣਨ ਨੂੰ, ਕਿ ਉਹ ਚਾਹਵਾਂ ਨੇ ਐਂਗਜ਼ਾਇਟੀ ਸ਼ੋਅ ਕਰ ਰਹੇ ਨੇ ਕਿ ਮੈਂ ਹੋਰ ਜਾਣਨਾ ਚਾਹੁੰਦਾ ਅਤੇ ਇਸ ਜਿਹੜੀ ਅਨਿਸ਼ਚਿਤਤਾ ਜਿਵੇਂ ਫਸ ਗਿਆ ਇਸ ਤੋਂ ਬਾਹਰ ਨਿਕਲਣਾ ਚਾਹੁੰਦਾ? ਉਹ ਐਕਚੁਅਲੀ ਇੰਨੀ ਜਲਦੀ ਨਹੀਂ ਤਿਆਰ ਹੋ ਰਹੇ, ਤਾਂ ਉਹ ਲੇਕਿਨ ਸ਼੍ਰੀ ਕ੍ਰਿਸ਼ਨ 'ਤੇ ਇੰਨਾ ਕੁ ਫੇਥ ਕਰਦਾ, ਇੱਕ ਫੇਥਫੁਲ ਫਰੈਂਡ ਹੈ ਨਾ, ਇੱਕ ਮਤਲਬ ਉਹ ਇਹ ਨਹੀਂ ਜਾਣਦਾ ਕਿ ਇਹ ਕੋਈ ਬਹੁਤ ਵੱਡੀ ਸ਼ਕਤੀ ਹੈ, ਇਸ ਤਰ੍ਹਾਂ ਨਹੀਂ ਮੰਨਦਾ, ਉਹਦਾ ਇੱਕ ਪ੍ਰੇਮ ਹੀ ਸੀ ਜਿਹੜਾ ਕਿ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਨੂੰ ਚੁਣਿਆ ਸੀ ਨਾ, ਲੇਕਿਨ ਇਸ ਕਰਕੇ ਇਹ ਕਹਿਣਾ ਉਹਨੇ ਸ਼ੁਰੂ ਕਰਤਾ ਸੀ ਕਿ ਮੈਨੂੰ ਮੈਨੂੰ ਇੱਕ ਸ਼ਿਸ਼ਿਆ ਦੀ ਤਰ੍ਹਾਂ ਸਮਝਾ, ਵੀ ਮੈਨੂੰ ਲੱਗਦਾ ਵੀ ਮੈਨੂੰ ਕੋਈ ਹੁਣ ਰਸਤਾ ਦਿਖਾਉਣ ਵਾਲਾ ਨਹੀਂ, ਤਾਂ ਮੈਨੂੰ ਤੂੰ ਦੱਸ, ਤਾਂ ਇਹ ਰਿਸੈਪਟਿਵ ਮਾਇੰਡ ਦਾ ਹੋ ਗਿਆ ਸੀ ਨਾ, ਕਿ ਜੋ ਮੈਨੂੰ ਹੁਣ ਤੁਸੀਂ ਦੱਸੋਗੇ ਮੈਂ ਉਹਨੂੰ ਸਵੀਕਾਰ ਕਰਨ ਨੂੰ ਤਿਆਰ ਹੈ। ਔਰ ਇਹ ਜਿਹੜੀ ਸਿਚੁਏਸ਼ਨ ਹੈ ਇਹ ਆਪਣੀ ਜ਼ਿੰਦਗੀ 'ਚ ਵੀ ਬਹੁਤ ਲੋਕਾਂ 'ਚ ਆਉਂਦੀ ਹੈ ਨਾ, ਕਿ ਜੀਵਨ 'ਚ ਆਪਾਂ ਕੀ ਕਰਨਾ, ਫਿਰ ਉਹ ਇੱਕ ਤਰ੍ਹਾਂ ਦੀ ਕੰਸਲਟੇਸ਼ਨ ਹੈ, ਤਾਂ ਆਪਾਂ ਕਿਸੇ ਕੋਲ ਜਾਂਦੇ ਹਾਂ, ਜਿਵੇਂ ਆਪਾਂ ਗ੍ਰੰਥਾਂ 'ਤੇ ਜ਼ਿਕਰ ਕਰਦੇ ਹਾਂ, ਕਈ ਵਾਰ ਮੈਂ ਵੀ ਹੁੰਦਾ ਸੀ ਜਿਵੇਂ ਮੈਂ ਕੰਸਲਟੇਸ਼ਨ ਕਰਦਾ ਹਾਂ, ਉਹ ਲੋਕ ਇਸ ਤਰ੍ਹਾਂ ਹੀ ਆਉਂਦੇ ਆ ਮੇਰੇ ਕੋਲ, ਜਿਹੜੇ ਆਉਂਦੇ ਆ ਕਿ ਮੈਂ ਆਪਣੀ ਸਮੱਸਿਆ, ਮੈਨੂੰ ਇਸ ਸਮੱਸਿਆ ਦੇ ਵਿੱਚ ਹਾਂ, ਹੁਣ ਮੈਂ ਕੀ ਕਰਾਂ, ਤਾਂ ਫਿਰ ਉੱਥੋਂ ਆਪਾਂ ਨੂੰ ਰਸਤਾ ਜਿਹੜਾ ਹੋਣਾ ਚਾਹੀਦਾ, ਆਪਾਂ ਆਪਣਾ ਰਸਤਾ ਚੁਣ ਲੈਣਾ ਚਾਹੀਦਾ, ਤਾਂ ਕਿ ਕਿਉਂਕਿ ਜਿਹੜਾ ਜੀਵਨ ਹੈ ਇਹਨੂੰ ਇੱਥੇ ਤੱਕ ਹੀ ਨਹੀਂ ਰੱਖਣਾ ਕਿ ਆਪਾਂ ਸਰੀਰ ਮਨ ਤੱਕ ਹੀ ਹੈ ਜਾਂ ਫੈਮਿਲੀ ਤੱਕ ਹੀ ਸੀਮਤ ਹੈ, ਆਪਣਾ ਜਿਹੜੀ ਅਗਲੀ ਯਾਤਰਾ ਉਹਦੇ ਲਈ ਵੀ ਦੇਖਣਾ ਕਿ ਉਹਦੇ ਲਈ ਤਾਂ ਮੈਂ ਆਪਣੇ ਆਪ ਦਾ ਜਿਹੜਾ ਪਲੇਟਫਾਰਮ ਸਹੀ ਤਿਆਰ ਕਰ ਰਿਹਾ, ਉਹਦੇ 'ਚ
ਅਰਜੁਨ ਬਹਾਦਰ ਹੈ ਬਹੁਤ, ਉਹ 2 ਮਿੰਟ ਦੇ ਵਿੱਚ ਤੀਰ ਚਲਾ ਕੇ ਸਭ ਨੂੰ ਖਤਮ ਕਰ ਸਕਦਾ ਸੀ, ਜੋ ਵੀ ਕੁਛ ਕਰ ਸਕਦਾ ਸੀ ਨਾ, ਪਰ ਉਹਦੇ ਵਿੱਚ ਕੀ ਸੀ ਕਿ ਉਹਦੀ ਜਿਹੜੀ ਸੈਂਸਿਟੀਵਿਟੀ ਸੀ, ਜਿਹੜੀ ਉਹਦੀ ਅੱਛਾਈ ਸੀਗੀ, ਉਹ ਸ਼੍ਰੀ ਕ੍ਰਿਸ਼ਨ, ਹਾਂ ਉਹ ਤੋਂ ਪਤਾ ਲੱਗਦਾ ਕਿ ਮਤਲਬ ਹੀ ਇਜ਼ ਗੁੱਡ, ਮਤਲਬ ਹਾਂ ਗੁੱਡ ਹਿਊਮਨ ਬੀਂਗ, ਤਾਂ ਉਹਦੀ ਜਿਹੜੀ ਗੁੱਡਨੈਸ ਹੈ ਉਹੀ ਸ਼੍ਰੀ ਕ੍ਰਿਸ਼ਨ, ਇਸ ਕਰਕੇ ਗੀਤਾ ਉਹਨੂੰ ਮਿਲ ਰਹੀ ਹੈ ਨਾ, ਤਾਂ ਆਪਣੇ ਅੰਦਰ ਵੀ ਉਹ ਗੁੱਡਨੈਸ ਹੋਵੇ, ਇਹ ਨਾ ਹੋਵੇ ਕਿ ਥੋੜ੍ਹਾ ਜਿਹਾ ਕਿਸੇ ਨੇ ਮੈਨੂੰ ਹਰਟ ਕੀਤਾ ਤਾਂ ਆਪਾਂ ਨੂੰ ਉਦੋਂ ਤਾਂ ਗੁੱਸਾ ਜ਼ਰੂਰ ਆਏਗਾ, ਪਰ ਹੋਰ ਸਮਾਜ 'ਚ ਜਿੰਨੀਆਂ ਸਮੱਸਿਆਵਾਂ ਉਹਦੇ ਲਈ ਆਪਾਂ ਨੂੰ ਗੁੱਸਾ ਨਹੀਂ ਆਉਂਦਾ, ਪਰ ਆਪਣ ਨਾਲ ਜਦੋਂ ਆਪਾਂ ਪਰਸਨਲੀ ਹਰਟ ਹੋ ਜਾਂਦੇ ਹਾਂ ਤਾਂ ਆਪਾਂ ਨਾਲ ਦੀ ਨਾਲ ਦੂਸਰੇ 'ਤੇ ਉਹ ਕਰਨਾ ਚਾਹੁੰਦੇ, ਤਾਂ ਉਦੋਂ ਪਤਾ ਲੱਗਦਾ ਕਿ ਆਪਾਂ ਪਰਸਨਲ ਲੈਵਲ 'ਤੇ ਆਪਾਂ ਨੂੰ ਗੁੱਸਾ ਆਉਂਦਾ, ਹੋਰ ਸਮਾਜ 'ਚ ਜੋ ਚੱਲ ਰਿਹਾ ਉਹਦੇ 'ਤੇ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ, ਅਤੇ ਇਸ ਕਰਕੇ ਅਰਜੁਨ ਦੇ ਲੈਵਲ ਦਾ ਔਰ ਆਪਣੇ ਲੈਵਲ ਦਾ ਇਹੀ ਫਰਕ ਹੈ, ਨਿਸਵਾਰਥਾ ਜਿਹੜੀ ਹੈਗੀ ਉਹ ਹੋਣੀ ਚਾਹੀਦੀ, ਉਹ ਹੋਣੀ ਚਾਹੀਦੀ। ਸੋ ਹੁਣ ਇਹ ਗੱਲਬਾਤ ਚੱਲ ਰਹੀ ਹੈ ਜੀ, ਵਾਰਤਾਲਾਪ ਸ਼ੁਰੂ ਹੋ ਗਈ ਕਿ ਅਰਜੁਨ ਜਾਣਨਾ ਚਾਹੁੰਦਾ ਹੈ ਕਿ ਹੁਣ ਮੈਂ ਕੀ ਫਰਦਰ ਸਟੈਪ ਲਵਾਂ, ਤਾਂ ਕੀ ਸੈਕੰਡ ਅਧਿਆਏ ਦੇ ਵਿੱਚ ਕੁਝ ਹੋਰ ਵੀ ਜ਼ਿਕਰ ਹੁੰਦਾ ਜੀ, ਕਿ ਕੁਝ ਹੋਰ ਸਿੱਖਿਆਵਾਂ ਦਿੱਤੀਆਂ ਜਾ ਰਹੀਆਂ? ਉਹ ਇੱਕ ਸ਼੍ਰੀ ਕ੍ਰਿਸ਼ਨ ਨੇ ਉੱਥੋਂ ਫਿਰ ਕਰਮ, ਜਿਹਨੂੰ ਕਹਿੰਦੇ ਆਪਾਂ ਨਾ, ਕਰਮ ਬਾਰੇ ਵੀ ਉਹਨਾਂ ਨੇ ਥੋੜ੍ਹੀ ਜਿਹੀ ਮਿਸਟਰੀ ਦੱਸਣੀ ਸ਼ੁਰੂ ਕੀਤੀ ਹੈ ਕਿ ਜਿਹੜਾ ਕਰਮ ਹੈ ਉਹ ਕਿਉਂ ਜ਼ਰੂਰੀ ਹੈ ਨਾ, ਰਾਈਟ, ਕਿ ਨਾ ਹਾਂ ਕਰਮ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੋ ਸਕਦਾ, ਰਾਈਟ, ਹੈ ਨਾ, ਜਿਹੜਾ ਕਰਮ ਜਿਵੇਂ ਆਪਾਂ ਕਹਿੰਦੇ ਹਾਂ ਕਿ ਕਰਮ ਬਿਨਾਂ, ਉਹ ਕਹਿੰਦੇ ਵੀ ਐਸਾ ਕਰਮ ਮੈਂ ਕਿਵੇਂ ਕਰੂੰਗਾ ਜਿਵੇਂ ਅਰਜੁਨ ਕਹਿ ਰਿਹਾ ਨਾ, ਤਾਂ ਉਹ ਕਹਿੰਦੇ ਵੀ ਕਰਮ ਤੋਂ ਬਿਨਾਂ ਕੋਈ ਨਹੀਂ ਚੱਲ ਸਕਦਾ, ਕਰਮ ਬਿਨਾਂ ਤਾਂ ਤੁਹਾਡਾ ਸਰੀਰ ਵੀ ਮੂਵ ਨਹੀਂ ਕਰਨਾ, ਇਸ ਕਰਕੇ ਕਰਮ ਤਾਂ ਹਰ ਕਿਸੇ ਨੂੰ ਕਰਨਾ ਹੀ ਪੈਣਾ। ਕਈ ਲੋਕ ਇਹ ਸੋਚਦੇ ਆ ਕਿ ਮੰਨ ਲਓ ਮੈਂ ਸੰਨਿਆਸ ਲੈ ਕੇ ਜੰਗਲ 'ਚ ਜਾ ਕੇ ਬੈਠ ਗਿਆ ਤਾਂ ਉਹ ਕਰਮ ਨਹੀਂ ਹੈਗਾ, ਮਤਲਬ ਮੈਂ ਬਚ ਜੂੰਗਾ ਕਰਮਾਂ ਤੋਂ, ਜਿਹੜਾ ਲੇਕਿਨ ਮਨ ਹੈ ਉਹ ਕਰਮ ਕਰਦਾ ਹੀ ਰਹਿੰਦਾ, ਮਤਲਬ ਮਨ ਨਾਲ ਚੱਲਣਾ ਨਾ, ਤੁਸੀਂ ਜਿੱਥੇ ਮਰਜ਼ੀ ਬੈਠੇ ਰਹੋ, ਜਿਹੜੀ ਤੁਹਾਡੀ ਮਨ ਦੀ ਸਿਚੁਏਸ਼ਨ ਹੈ ਉਹੀ ਤੁਹਾਨੂੰ ਮੁਕਤੀ ਵੱਲ ਲੈ ਕੇ ਜਾਏਗੀ ਨਾ, ਉਹੀ ਬੌਂਡੇਜ ਬਣੇਗੀ ਨਾ ਤੁਹਾਡੀ ਨਾ, ਤਾਂ ਉਹ ਸ਼੍ਰੀ ਕ੍ਰਿਸ਼ਨ ਉਹ 'ਤੇ ਇਸ਼ਾਰਾ ਕਰ ਰਿਹਾ ਕਿ ਤੁਸੀਂ ਜਿਹੜਾ ਕਰਮ ਕਰਨਾ ਜੇ ਅਰਜੁਨ, ਜੇ ਕੋਈ ਇਸ ਨੂੰ ਸਮਝ ਲਏ ਕਿ ਮੈਂ ਜਿਹੜਾ ਇਹ ਮਤਲਬ ਕਰਮ ਜ਼ਰੂਰ ਕਰੂੰਗਾ ਪਰ ਇਹਦਾ ਰਿਜ਼ਲਟ ਮੈਂ ਤਾਂ ਜਾਣਦਾ ਹੀ ਨਹੀਂ ਨਾ ਕੀ ਬਣਨਾ, ਤਾਂ ਫਿਰ ਰਿਜ਼ਲਟ ਬਾਰੇ ਉਹਦੇ ਬਾਰੇ ਨਾਲ ਅਟੈਚਮੈਂਟ ਹੋਣ ਦੀ ਜ਼ਰੂਰਤ ਹੀ ਕੀ ਹੈ ਨਾ, ਜਿਵੇਂ ਕਿ ਹੁਣ ਮੰਨ ਲਓ ਇੱਕ ਬੱਚਾ ਹੈ, ਆਪਾਂ ਬੱਚਿਆਂ ਨੂੰ ਇਹ ਕਹਿ ਸਕਦੇ ਹਾਂ ਕਿ ਬੇਟਾ ਤੁਸੀਂ ਸਟੱਡੀ ਕਰੋ ਨਾ, ਰਾਈਟ, ਨਾ ਉਹਨੂੰ ਫਿਊਚਰ ਦਾ ਨਹੀਂ ਪਤਾ, ਨਾ ਉਹਨੂੰ ਫਲ ਦਾ ਪਤਾ ਕੀ ਬਣਨਾ ਉਹਦਾ, ਠੀਕ ਹੈ ਨਾ, ਠੀਕ ਹੈ ਨਾ, ਔਰ ਇਹ ਵੀ ਨਹੀਂ ਪਤਾ ਕਿ ਉਹ ਡਾਕਟਰ ਬਣੂ ਜਾਂ ਇੰਜੀਨੀਅਰ ਬਣੂ ਜਾਂ ਉਹ ਪਾਸ ਹੋਊ ਜਾਂ ਫੇਲ ਹੋਊ, ਪਰ ਜੇ ਬੱਚਾ ਮੂਹਰੋਂ ਪ੍ਰਸ਼ਨ ਕਰਨ ਲੱਗ ਜਾਏ ਕਿ ਮੈਂ ਪੜ੍ਹਾ ਕੇ ਕੀ ਕਰਨਾ, ਇਹਦਾ ਮਤਲਬ ਕੀ ਹੈ, ਤਾਂ ਆਪਾਂ ਸਿਰਫ ਉਹਨੂੰ ਪੜ੍ਹਾਈ 'ਚ ਪਾ ਦਿੰਦੇ ਹਾਂ, ਠੀਕ ਨਾ, ਤਾਂ ਉਸ ਤਰ੍ਹਾਂ ਹੀ ਸ਼੍ਰੀ ਕ੍ਰਿਸ਼ਨ ਵੀ ਇੱਕ ਅੱਛੇ ਟੀਚਰ ਦੀ ਤਰ੍ਹਾਂ ਸਿਰਫ ਅਰਜੁਨ ਨੂੰ ਇਹ ਕਹਿ ਰਿਹਾ ਕਿ ਕਰਮ 'ਤੇ ਧਿਆਨ ਰੱਖਣਾ, ਡਾਇਰੈਕਸ਼ਨ ਦੇ ਰਹੇ, ਡਾਇਰੈਕਸ਼ਨ ਦੇ ਰਹੇ ਨੇ ਕਿ ਫੋਕਸ ਰਹਿ ਅਤੇ ਆਪਣੇ ਕਰਮ ਦੇ ਉੱਤੇ ਤੂੰ ਫੋਕਸ ਰਹਿ। ਤੁਹਾਡਾ ਧੰਨਵਾਦ ਜੀ, ਅਸੀਂ ਵਿਸ਼ੇ ਨੂੰ ਅਸੀਂ ਆਪਣੇ ਅਗਲੇ ਪ੍ਰੋਗਰਾਮ ਵਿੱਚ ਜਾਰੀ ਰੱਖਾਂਗੇ। ਧੰਨਵਾਦ, ਇੱਥੇ ਕੇ ਸਾਂਝ ਪਾਲੇ, ਥੈਂਕ ਯੂ, ਥੈਂਕ ਯੂ। ਇਸ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਵੀ ਤੁਸੀਂ ਸੰਪਰਕ ਕਰ ਸਕਦੇ ਹੋ, harpreetsingshow@gmail.com। ਜੇਕਰ ਤੁਸੀਂ ਆਚਾਰਿਆ ਅਮਨ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 604-728-3510 ਦੇ ਉੱਤੇ ਫੋਨ ਵੀ ਕਰ ਸਕਦੇ ਹੋ। ਉਸ ਦੇ ਨਾਲ ਹੀ ਆਪ ਸਭ ਤੋਂ ਅਸੀਂ ਸਹਿਯੋਗ ਦੀ ਵੀ ਆਸ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਨਿਰੰਤਰ ਅੱਗੇ ਚਲਾਉਣ ਵਾਸਤੇ ਤੁਸੀਂ ਸਪੋਂਸਰਸ਼ਿਪ ਰਾਹੀਂ, ਜਿਸ ਤਰ੍ਹਾਂ ਕਿ ਇਹ ਗੀਤਾ ਦੀ ਸਾਰ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਪ੍ਰੋਗਰਾਮ ਨੂੰ ਸਪੋਂਸਰ ਕਰ ਸਕਦੇ ਹੋ ਜਾਂ ਐਡਵਰਟਾਈਜ਼ਮੈਂਟ ਰਾਹੀਂ ਸਾਨੂੰ ਸਪੋਰਟ ਕਰ ਸਕਦੇ ਹੋ, ਤਾਂ ਕਿ ਅਸੀਂ ਨਿਰੰਤਰ ਤੁਹਾਡੇ ਘਰਾਂ ਵਿੱਚ ਆ ਕੇ ਇਹਨਾਂ ਇਸ਼ੂਜ਼ ਨੂੰ ਲਿਆ ਕੇ ਗੱਲਬਾਤ ਕਰ ਸਕੀਏ। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।